ਸੰਨੀ ਦਿਓਲ ਨੇ ਕੀ ਕੀਤਾ ਜੀ, ਸਾਡੀਆਂ ਚਿੱਟੀਆਂ ਚੁੰਨੀਆਂ ਇਹਨਾਂ ਨੂੰ ਵਿਧਵਾਵਾਂ ਨੀ ਦਿੰਦੀਆਂ। ਸਮਰੱਥ ਪਰਿਵਾਰ ਦੀ ਜੀ ਦੋ ਦੋ ਚਾਰ ਚਾਰ ਪਿੰਡ ਸੰਭਾਲ ਸਕਦੇ ਸੀ ਇਹ ਬੰਦੇ, ਅੱਜ ਤੱਕ ਇਹਨਾਂ ਪੰਜਾਬ ਦੀ ਸਾਰ ਲਈ ਹੈ ਸਰ ਜੀ। ਲੋਕ ਉੱਜੜ ਪੁੱਜੜ ਗਏ ਜੀ ਬਠਿੰਡੇ ਏਰੀਏ ਦਾ ਲੋਕ, ਹਜ਼ਾਰਾਂ ਕਿਸਾਨ ਖੁਦਕੁਸ਼ੀ ਕਰ ਗਏ। ਇਹਨਾਂ ਬੰਦਿਆਂ ਨੇ ਸਮਰੱਥ ਸੀ, ਇਹਨਾਂ ਨੇ ਕੀ ਕੀਤਾ ਜੀ ਉਹਨਾਂ ਲੋਕਾਂ ਨੇ। ਕਹਿੰਦੇ ਮੈਂ ਦਾਅ ਦੇਵਾਂਗਾ ਮੋਦੀ ਸਾਹਿਬ ਨੂੰ, ਕਹਿੰਦੇ ਦੂਜੀਆਂ ਪਾਰਟੀਆਂ ਸੋਚ ਵੀ ਨਹੀਂ ਸਕਦੀਆਂ ਕਿ ਉਹਨਾਂ ਦਾ ਜਿਹੜਾ ਲੀਡਰ ਹੈ ਉਸ ਦੀ ਖਰਾਬ ਛਵੀ ਨੂੰ ਉਹਨਾਂ ਨੇ ਕਿਵੇਂ ਸਾਫ਼ ਕਰਨਾ। ਕਹਿੰਦੇ ਇਹ ਪੈਟਰਨ ਤਾਂ ਕਮਾਲ ਹੀ ਹੈ। ਸੋ ਇਸ ਦੌਰਾਨ ਅਕਸ਼ੇ ਨੂੰ ਵੀ ਘੇਰਿਆ ਲੋਕਾਂ ਨੇ, ਕਹਿੰਦੇ ਤੇਰਾ ਪਾਸਪੋਰਟ ਹੀ ਇੰਡੀਅਨ ਨਹੀਂ ਹੈਗਾ, ਤੂੰ ਇੱਥੇ ਕੀ ਕਰਦਾ ਫਿਰਦਾ, ਤੂੰ ਮਾਮਾ ਲੱਗਦਾ ਭਾਰਤ ਦੇ ਇੰਟਰਵਿਊ ਕਰਨ ਵਾਲਿਆਂ ਦਾ। ਸੰਨੀ ਦਿਓਲ ਜਿਹੜੇ ਇਹਦੇ 'ਤੇ ਰੋਡ ਸ਼ੋਅ ਚੱਲ ਰਿਹਾ ਸੀ, ਉਹ 'ਚ ਗਾਣਾ ਹੋਈ ਲਾਇਆ, ਮੈਂ ਨਿਕਲਾ ਗਾੜੀ ਲੈ ਕੇ ਨਾ ਜਾਣੇ ਕਬ ਲਾਹੌਰ ਆਇਆ। ਆ ਜਿਹੜੇ ਲਾਹੌਰ ਜਾਣ ਵਾਲਿਆਂ ਨੇ ਜਾਣ ਵਾਲੇ ਨੇ, ਉਹਨਾਂ ਤੋਂ ਤਾਂ ਪੰਜਾਬ ਪਹਿਲਾਂ ਹੀ ਪਰੇਸ਼ਾਨ ਹੈ। ਗਾਲੀ ਗਲੋਚ ਹੈ ਜਿਹੜਾ ਆਮ ਹੋਣ ਲੱਗ ਪਿਆ ਟੀ ਵੀ ਚੈਨਲਾਂ 'ਤੇ, ਨੈਸ਼ਨਲ ਚੈਨਲਾਂ ਦਾ ਜੋ ਪੱਧਰ ਹੈ ਉਹ ਡਿੱਗਿਆ, ਸੋਸ਼ਲ ਸਾਈਟਸ 'ਤੇ ਜੋ ਗੰਦ ਪਹਿਲਾਂ ਉਹ ਵਧਿਆ। ਸਿਆਸਤਦਾਨਾਂ ਨੇ ਤੁਸੀਂ ਪੁੱਛ ਲਓ ਦਫ਼ਤਰ ਕਿੱਥੇ ਬਣਾਇਆ ਜੀ, ਉਹ ਕਹਿਣਗੇ ਜੀ ਮੀਟਿੰਗ ਦਫ਼ਤਰ ਤਾਂ ਇਹ ਆ, ਵਾਰ ਰੂਮ ਸਾਡਾ ਉੱਧਰ ਹੈ। ਮਤਲਬ ਇਲੈਕਸ਼ਨ ਦੇ ਵਿੱਚ ਇਹ ਨਵੇਂ ਕੋਡ ਆ ਗਏ ਨੇ ਇਸ ਵਾਰੀ ਕਿ ਇਲੈਕਸ਼ਨ ਨਹੀਂ ਲੜੀ ਜਾ ਰਹੀ, ਵਾਰ ਲੜੀ ਜਾ ਰਹੀ ਹੈ, ਜੰਗ ਲੜੀ ਜਾ ਰਹੀ ਹੈ। ਜਿਸ ਮਾਨਹਾਨੀ ਦੇ ਮੁਕੱਦਮੇ ਤੋਂ ਡਰਦਾ ਕੇਜਰੀਵਾਲ ਮਾਫ਼ੀ ਮੰਗ ਗਿਆ, ਮੈਨੂੰ ਦੱਸ ਦਿਓ ਕਿ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੂੰ ਇੰਡੀਆ 'ਚ ਮਾਨਹਾਨੀ ਦੇ ਮੁਕੱਦਮੇ 'ਚ ਸਜ਼ਾ ਹੋਈ ਹੈ। ਕਿਉਂਕਿ ਮਾਨਹਾਨੀ ਦੇ ਮੁਕੱਦਮੇ ਵੱਡੇ ਲੋਕ ਹੀ ਕਰਦੇ ਨੇ, ਉਹਨਾਂ ਦਾ ਨਾ ਕੋਈ ਮਾਣ ਹੁੰਦਾ ਨਾ ਕੋਈ ਹਾਨੀ ਹੁੰਦੀ ਹੈ, ਅਤੇ ਫਿਰ ਮਾਨਹਾਨੀ ਦੇ ਮੁਕੱਦਮੇ ਦਾ ਮੁਆਵਜ਼ਾ ਕੀ ਮਿਲਣਾ ਬਾਬਾ ਜੀ ਦਾ ਠੁੱਲੂ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਵਾਨ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਅਦਾਬ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ, ਚੈਨਲ ਪੰਜਾਬੀ ਟੀ ਵੀ ਕੈਨੇਡਾ ਅਤੇ ਇੰਡੀਆ ਦੇ ਵਿੱਚ ਇਸ ਵਕਤ ਏਅਰਟੈੱਲ ਦੀ ਡਿਸ਼ 'ਤੇ ਚੈਨਲ ਨੰਬਰ 565, ਫਰੰਟੀਅਰ ਟੀ ਵੀ ਅਤੇ D5 ਨੈੱਟਵਰਕ ਦੇ ਜ਼ਰੀਏ ਆਪ ਜਿਸ ਪ੍ਰੋਗਰਾਮ ਦੇ ਨਾਲ ਜੁੜਿਓ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ 5 ਦਿਨ ਇਹ ਪ੍ਰੋਗਰਾਮ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਔਨਅਰ ਹੁੰਦਾ ਹੈ, ਜਿਸ ਦੇ ਵਿੱਚ ਵੱਖ ਵੱਖ ਮੁੱਦਿਆਂ 'ਤੇ ਤੁਹਾਡੀ ਰਾਏ ਜਾਣੀ ਜਾਂਦੀ ਹੈ। ਜਨਤਾ ਜਨਾਰਦਨ ਕੀ ਸੋਚਦੀ ਹੈ ਇਸ ਬਾਰੇ ਆਪਣੇ ਖਿਆਲਾਂ ਜਜ਼ਬਾਤ ਪੇਸ਼ ਕਰਨ ਵਾਸਤੇ ਜ਼ਰੀਆ ਹੈ ਸਾਡਾ ਇੰਡੀਆ ਦਾ ਪਟਿਆਲਾ ਸਟੂਡੀਓ ਦਾ ਨੰਬਰ 01575051156, ਅਤੇ ਅਮਰੀਕਾ ਦਾ ਆਪਣਾ ਨੰਬਰ ਹੈ 201-301-2785। ਅੱਜ ਦੀ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਇਹਨਾਂ ਲੋਕ ਸਭਾ ਚੋਣਾਂ 2019 ਦੇ ਦੌਰਾਨ ਕੀ ਫਰਕ ਤੁਸੀਂ ਪਿਛਲੀਆਂ ਚੋਣਾਂ ਦੇ ਦੌਰਾਨ ਜਾਂ ਇਹਨਾਂ ਚੋਣਾਂ ਦੇ ਦੌਰਾਨ ਵੇਖਦੇ ਹੋ। 19 ਅਤੇ 21 ਦਾ ਤਾਂ ਫਰਕ ਬਹੁਤ ਪੈਣਾ ਹੈ, ਅਗਲੀਆਂ ਦਾ 24 ਦਾ ਜਾਂ 22 ਦਾ, ਅਤੇ ਇਸ ਦੌਰਾਨ 19 ਅਤੇ 17 ਦਾ, 19 ਅਤੇ 14 ਦਾ ਕੀ ਫਰਕ ਰਿਹਾ? ਇਸ ਵਾਰੀ ਸੋਸ਼ਲ ਸਾਈਟਸ ਜਾਂ ਹੋਰ ਕਈ ਚੀਜ਼ਾਂ ਵੱਖਰੀਆਂ ਨੇ, ਅਤੇ ਇਸ ਦੌਰਾਨ ਜਿਹੜੀ ਹੈ ਕਿਤੇ ਨਾ ਕਿਤੇ ਸੰਪਰਦਾਇਕ ਹਿੰਸਾ, ਜਿਸ ਤਰ੍ਹਾਂ ਅਮਰੀਕਾ ਦੀਆਂ ਵੀ ਰਿਪੋਰਟਸ ਨੇ ਕਿ ਜਿਹੜੇ ਸੂਬਿਆਂ 'ਚ BJP ਹੈ ਉੱਥੇ ਹੱਲਾ ਗੁੱਲਾ ਹੋ ਸਕਦਾ ਹੈ, ਜਾਂ ਰਾਸ਼ਟਰਵਾਦ ਆਰਾਮਜ਼ਾਦੇ ਹਰਾਮਜ਼ਾਦੇ, ਇਸ ਤਰ੍ਹਾਂ ਦੇਸ਼ ਭਗਤੀ ਜਾਂ ਸਟ੍ਰੈਟਜੀ ਜਿਹੜੀ ਹੈ ਉਹ ਇਹਨਾਂ ਸਿਆਸਤਦਾਨਾਂ ਦੀ ਬਦਲੀ ਹੈ। ਜਨਹਿੱਤ ਦੇ ਮੁੱਦਿਆਂ ਤੋਂ ਕੰਡ ਕਰਦੇ ਹੋਏ ਸੱਤਾਧਾਰੀ ਸਰਕਾਰ ਵੀ ਰਾਸ਼ਟਰਵਾਦ ਧਰਮ ਦਾ ਮੁੱਦਾ ਖੇਡਦੇ ਨੇ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ 278 ਉਮੀਦਵਾਰ ਮੈਦਾਨ ਦੇ ਵਿੱਚ ਨੇ, 13 ਲੋਕ ਸਭਾ ਸੀਟਾਂ 'ਤੇ 2,08,00,000 ਦੇ ਕਰੀਬ ਜਿਹੜੇ ਨੇ ਵੋਟਰ, ਇਹਨਾਂ 13 ਮੈਂਬਰ ਪਾਰਲੀਮੈਂਟ ਦੀ ਕਿਸਮਤ ਦਾ ਫੈਸਲਾ ਕਰਨ ਜਾ ਰਹੇ ਨੇ। ਅਤੇ ਇਸ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਇਹ ਉਮੀਦਵਾਰ ਨੇ 278, ਇਹਨਾਂ ਦੇ ਵਿੱਚੋਂ 105 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹ ਹਾਇਰ ਐਜੂਕੇਟ ਨੇ, ਉੱਚ ਸਿੱਖਿਆ ਪ੍ਰਾਪਤ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤੇ ਨੇ ਜਿਹੜੇ ਉਹ PhD ਨੇ, ਡਾਕਟਰ ਨੇ, ਵਕੀਲ ਨੇ। ਅਤੇ ਇਹਨਾਂ ਦੇ ਵਿੱਚੋਂ 36 ਦੇ ਕਰੀਬ ਜਿਹੜੇ ਲੋਕ ਨੇ ਉਹ ਜਿਹੜੇ ਨੇ ਅਨਪੜ੍ਹ ਵੀ ਨੇ, ਜਾਣੀ ਕਿ ਘੱਟ ਪੜ੍ਹੇ ਲਿਖੇ ਨੇ, ਅਤੇ ਇਸ ਦੌਰਾਨ ਦਾਗੀਆਂ ਦੀ ਤਾਦਾਦ ਵੀ ਕਾਫੀ ਹੈ। ਅਤੇ ਇਸੇ ਸੰਸਥਾ ਦੇ ਵਿੱਚ ਵੱਖ ਵੱਖ ਸੀਟਾਂ 'ਤੇ ਜਿਹੜੇ ਉਮੀਦਵਾਰ ਚੋਣ ਲੜ ਰਹੇ ਨੇ ਉਹਨਾਂ ਦੇ ਉੱਤੇ ਜਿਹੜੀ EVM ਹੈ, ਜਿਹ 'ਤੇ ਆਉਣ ਵਾਲੇ ਸਮੇਂ 'ਚ ਸਵਾਲ ਉੱਠਣੇ ਨੇ, ਉਸ EVM 'ਤੇ 16 ਬਟਨ ਨੇ, ਅਤੇ ਉਮੀਦਵਾਰ ਤਕਰੀਬਨ ਬਹੁਤੇ ਹਲਕਿਆਂ ਦੇ ਵਿੱਚ ਜ਼ਿਆਦਾ ਨੇ। ਜਲੰਧਰ ਦੇ ਵਿੱਚ, ਅਨੰਦਪੁਰ ਸਾਹਿਬ ਦੇ ਵਿੱਚ ਉਮੀਦਵਾਰ ਹੈ ਜਿਹੜੇ 24-30 ਦੇ ਆਸ ਪਾਸ ਨੇ। ਇਸੇ ਦੌਰਾਨ ਜਿਹੜਾ ਹੈਗਾ ਸਭ ਤੋਂ ਵੱਧ ਕੇਸ, ਅਪਰਾਧਕ ਕੇਸ ਨੇ, ਉਹ ਸਿਮਰਜੀਤ ਬੈਂਸ ਹੋਰਾਂ 'ਤੇ ਨੇ, ਜਿਹੜਾ ਨਵਾਂ ਗੱਠਜੋੜ ਬਣਿਆ। ਇਸ ਦੌਰਾਨ ਇਹ ਪਾਰਟੀਆਂ, ਆਮ ਆਦਮੀ ਪਾਰਟੀ ਕਿੱਥੇ ਖੜ੍ਹੀ ਹੈ, PDA ਗੱਠਜੋੜ ਕਿੱਥੇ ਖੜ੍ਹਾ, ਡਾਕਟਰ ਗਾਂਧੀ ਖਰੇ ਹੋਰਾਂ ਦਾ, ਕਾਂਗਰਸ ਕਿੱਥੇ ਖੜ੍ਹੀ ਹੈ, ਅਕਾਲੀ ਅਤੇ ਹੋਰ ਖੱਬੇ ਸੱਜੇ ਕਿੱਥੇ ਖੜ੍ਹੇ ਨੇ, ਇਸ ਬਾਰੇ ਤੁਹਾਡੇ ਖਿਆਲਾਂ ਦਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
हेलो, हाँ जी, हाँ जी, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਤੁਸੀਂ ਫਰਕ ਪੁੱਛ ਰਹੇ ਜੀ ਪੰਜਾਬ 'ਚ ਤੇ ਅੱਗੇ ਅੱਜ ਦੀਆਂ 'ਚ ਆਉਂਦਾ ਪੈਂਦਾ ਜਾਂਦਾ ਬੋਲ ਬਾਣੀ ਦੇ ਵਿੱਚ ਤੇ ਹੈਰਾਨਗੀ ਹੁੰਦੀ ਆ ਚੋਣਾਂ ਵਿੱਚ ਇਹ ਗੱਲ ਤੇ ਗੱਲ ਹੁਣ ਲੀਡਰਾਂ ਤੋਂ ਤੱਕ ਆ ਗਈ ਜਦੋਂ ਇੱਕ ਵਾਰੀ ਬੋਲਦਾ ਤੇ ਅਗਲਾ 10 ਗੁਣ ਢੰਗ ਨਾਲ ਬੋਲਦਾ ਕੁਲਵੰਤ ਜੀ, ਮਾਫੀ ਚਾਹੁੰਦੇ ਹਾਂ, ਤੁਹਾਡੀ ਕਾਲ ਡਿਸਟਰਬੈਂਸ ਹੋ ਰਹੀ ਹੈ। ਪਲੀਜ਼ ਤੁਸੀਂ ਦੁਬਾਰਾ ਟਰਾਈ ਕਰ ਲਓ, ਗੁਜ਼ਾਰਿਸ਼ ਹੈ, ਗੱਲ ਨਹੀਂ ਬਣ ਰਹੀ, ਸੌਰੀ। ਅਗਲੇ ਕਾਲਰ ਦਾ ਸਵਾਗਤ ਹੈ ਜੀ। ਹਾਂ, ਸਤਿ ਸ਼੍ਰੀ ਅਕਾਲ ਸਾਹਿਬ, ਬੰਦੇ ਫਜ਼ਲ ਬੋਲ ਕੇ ਨਾ। ਜੀ ਭੋਲੋ ਸਾਹਿਬ, ਸੰਖੇਪ ਚ ਪਲੀਜ਼। ਹਾਂ ਜੀ ਸਾਹਿਬ, ਜਿਹੜਾ ਨਵਾਂ ਬੰਦਾ ਹੋਏ ਤਾਂ ਚਲ ਪੁਰਾਣੇ ਕਾਲਰ ਨੇ, ਇਹ ਅਸੀਂ ਇੱਥੇ ਜਦੋਂ ਬੋਲਦੇ ਨਾ ਟੀਵੀ ਤੇ 9 ਸਕਿੰਟ ਬਾਅਦ ਆਵਾਜ਼ ਆਉਂਦੀ ਹਰ ਚੈਨਲ ਦੇ ਉੱਤੇ। ਜਦੋਂ ਤੁਸੀਂ ਬੋਲਦੇ ਨਾ, ਤੁਸੀਂ ਬੋਲ ਪੈਂਦੇ 9 ਸਕਿੰਟ ਪਹਿਲਾਂ ਬਾਅਦ ਆਵਾਜ਼ ਆਉਂਦੀ। ਅਸੀਂ ਤਾਂ ਬੋਲਦੇ ਤੁਹਾਨੂੰ ਆਪਾਂ ਮੋਬਾਈਲ ਤੇ ਸਹੀ ਹੋ ਜਾਂਦੀ ਹੈ, ਸਕਰੀਨ ਤੇ ਕਈ ਵਾਰ ਕਈ ਕਲਰ ਕੱਟ ਜਾਂਦੇ ਆ, ਵੀ ਮਤਲਬ ਅਜੇ ਚੱਲਦਾ ਨੀ। ਹਾਂਜੀ, ਦਾਗੀ ਤਾਂ ਕੋਈ ਮੈਨੂੰ ਇਹੋ ਜਿਹਾ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਨਹੀਂ ਅਜੇ ਹੋਣਾ। ਹਰ ਪਾਰਟੀ 'ਚ ਤਿੰਨ ਤਿੰਨ ਚਾਰ ਚਾਰ ਬੰਦੇ ਚੰਗੇ ਹੈਗੇ ਨੇ, ਜਾ ਖੜੀ ਠੀਕ ਹੀ ਕੁਛ ਤੇ ਮਤਲਬ ਨਵਜੋਤ ਸਿੱਧੂ ਪਹਿਲੇ ਲੈਵਲ 'ਤੇ ਬੰਦਾ ਹੈ ਜੀ। ਆਪਾਂ ਹੋਰ ਵੇਖਿਆ, ਬਾਕੀ ਚਲ ਬਾਦਲ ਨੇ ਆਪਦੀ ਜ਼ਿੰਦਗੀ ਬੜੀ ਚੰਗੀ ਰਹੀ ਪਹਿਲਾਂ, ਹੁਣ ਆਪਾਂ ਜੋ ਲੋਕ ਚੰਗਾ ਮਾੜਾ ਆਖੀ ਜਾਂਦੇ ਨੇ। ਕੱਲ ਉਹਨਾਂ ਨੇ 33 ਪਿੰਡਾਂ ਦੇ ਨੇੜੇ ਤੇੜੇ ਕੱਢੇ ਆ ਤੇ ਘੱਟੋ ਘੱਟ 150 ਘਰ ਕੱਢਿਆ ਉਹਨਾਂ ਨੇ। ਹਰ ਰੋਜ਼ ਲਿਸਟ ਬਣੀ ਸੀ, ਅੱਜ ਵੀ ਕੱਢਣੀ। ਪਰ ਮੈਂ ਗੱਲ ਨੂੰ ਮੈਂ ਕੱਲ ਗੱਲ ਕੀਤੀ, ਮੈਂ ਤਾਂ ਇਹ ਗਲਤ ਗੱਲ ਹੈ, ਤੁਸੀਂ ਪਿੰਡਾਂ ਦੇ ਵਿੱਚ ਆਓ, ਪਿੰਡਾਂ ਦੇ ਵਿੱਚ ਆ ਕੇ ਤੇ ਸਟੇਜ ਸ਼ੋਅ ਕਰੋ ਤੇ ਉੱਥੇ ਮੁੱਦੇ ਕਰੋ ਜੀ। ਤੇ ਮੈਂ ਕਿਹਾ ਉਹ ਸ਼ੁਰੂ ਕੰਮ, ਇਹ ਕਹਿਣ ਦਾ ਗੱਲ ਗਲਤ ਹੈ। ਕਿਸੇ ਦਾ ਮਰੇਗਾ ਉਹਦੇ ਆਪਾਂ ਘਰੇ ਜਾਵਾਂਗੇ ਤੇ ਫਿਰ ਅਫਸੋਸ ਕਰਾਂਗੇ ਤੇ ਉਹਨਾਂ ਤੋਂ ਭੋਗਦਾ ਨਾ ਭਾਵ। ਉੱਥੇ ਜਾ ਕੇ ਆਪਾਂ ਇੱਕ ਬੋਲਾ ਕਹਿੰਦੇ ਆਪਾਂ ਵੋਟਾਂ ਨੀ ਰੱਖੀਆਂ, ਮੈਂ ਵੋਟਾਂ ਨੀ ਰੱਖੀਆਂ ਤਾਂ ਆਪਾਂ ਲੈਣ ਕੀ ਆਇਆ, ਕਿਸੇ ਦੇ 3 ਸਾਲ ਹੋ ਗਏ, ਕਿਸੇ 2 ਸਾਲ ਹੋ ਗਿਆ, ਕੀ ਕਰ ਗਈ ਆਪਾਂ ਦੱਸੋ। ਜੀ ਧੰਨਵਾਦ, ਮਿਹਰਬਾਨੀ। ਸੋ ਭੁੱਲੋ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਮਰਗਤਾਂ ਵਾਲਿਆਂ ਦੇ ਜਿਹੜੇ ਘਰ ਨੇ ਉਹਨਾਂ 'ਚ ਜਾਂਦੇ ਨੇ, ਉਸ ਮੁਤਲਕ ਗੱਲਬਾਤ ਕਰ ਰਹੇ ਨੇ। ਬਿਲਕੁਲ, ਸਾਨੂੰ ਜਿਉਂਦਿਆਂ ਦੀ ਜ਼ਿਆਦਾ ਸਾਰ ਲੈਣੀ ਚਾਹੀਦੀ ਹੈ। ਮੋਇਆਂ ਨੂੰ ਮੋੜਿਆ ਤਾਂ ਨਹੀਂ ਜਾ ਸਕਦਾ, ਪਰ ਇਹ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਇਹ ਟ੍ਰੈਂਡ, ਕਿਉਂਕਿ ਤੁਹਾਡਾ ਨਿੱਜੀ ਖਾਸਮ ਖਾਸ ਕਿੰਨਾ ਵੀ ਰਿਸ਼ਤੇਦਾਰ ਹੋਵੇ, ਜਦੋਂ ਤੁਸੀਂ ਉਸ ਦੇ ਨਾਲ ਕੋਈ ਹਵੀ ਨਵੀ ਹੁੰਦੀ, ਅਫਸੋਸ ਪ੍ਰਗਟ ਨਹੀਂ ਕਰਦੇ ਤਾਂ ਰਿਸ਼ਤੇ ਟੁੱਟ ਜਾਂਦੇ ਨੇ। ਇਸ ਕਰਕੇ ਇਸ ਚੀਜ਼ ਨੂੰ ਸਿਆਸਤਦਾਨ ਵੀ ਕੈਸ਼ ਕਰਦੇ ਨੇ, ਉਹ ਵੀ ਫਿਰ ਇਸ ਤਰ੍ਹਾਂ ਦੇ ਮਹਿਸੂਸ ਦੇ ਮੌਕੇ ਜਾ ਕੇ ਕਿਤੇ ਨਾ ਕਿਤੇ ਮਨ ਮੋਹਣੇ ਬਣਨ ਦੀ ਕੋਸ਼ਿਸ਼ ਕਰ ਲੈਂਦੇ ਨੇ। ਇਹ ਤੁਸੀਂ ਓਨਰ ਹੋ ਜੀ। ਹੈਲੋ ਹੈਲੋ, ਸਵਾਗਤ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਓਨਰ ਹੋ। ਹਾਂਜੀ, ਟੋਣਾ ਸਾਹਿਬ ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ ਜੀ। ਜੀ ਸੰਮੇ ਵਾਲੀ ਸਾਹਿਬ, ਕੀ ਫਰਕ ਦੇਖਦੇ ਹੋ ਇਹਨਾਂ ਚੋਣਾਂ ਦਾ, ਪਿਛਲੀਆਂ ਚੋਣਾਂ ਨਾਲੋਂ? ਸਰ ਫਰਕ ਕੀ ਹੈ, ਉਹੀ ਸਿਸਟਮ ਹੈ ਜੀ, ਉਹੀ ਹੈ, ਕਈਆਂ ਕੁਹਾੜੀਆਂ ਨੇ ਸਰ, ਜਿਹੜੇ ਸੰਜੀਦਾ ਹੈਗੇ ਸੀ ਹੁਣ ਵੇਖੋ, ਸੰਨੀ ਦਿਓਲ ਵਗਰ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਨੇ, ਕਮਾਲ ਹੋ ਗਈ ਜੀ। ਸੰਨੀ ਦਿਓਲ ਨੇ ਕੀ ਕੀਤਾ ਜੀ, ਸਾਡੀਆਂ ਚਿੱਟੀਆਂ ਚੁੰਨੀਆਂ ਇਹਨਾਂ ਨੂੰ ਵਿਧਵਾਵਾਂ ਨੀ ਦਿੰਦੀਆਂ, ਸਮਰੱਥ ਪਰਿਵਾਰ ਦੀ ਜੀ, ਦੋ ਦੋ ਚਾਰ ਚਾਰ ਪਿੰਡ ਸੰਭਾਲ ਸਕਦੇ ਸੀ ਇਹ ਬੰਦੇ, ਅੱਜ ਤੱਕ ਇਹਨਾਂ ਪੰਜਾਬ ਦੀ ਸਾਰ ਲਈ ਹੈ ਸਰ ਜੀ। ਲੋਕ ਉੱਜੜ ਪੁੱਜੜ ਗਏ ਜੀ, ਆ ਬਠਿੰਡੇ ਏਰੀਏ ਦਾ ਲੋਕ, ਹਜ਼ਾਰਾਂ ਕਿਸਾਨ ਖੁਦਕਸ਼ੀ ਕਰ ਗਏ, ਇਹਨਾਂ ਇਹਨਾਂ ਬੰਦਿਆਂ ਨੇ ਸਮਰੱਥ ਸੀ, ਇਹਨਾਂ ਨੇ ਕੀ ਕੀਤਾ ਜੀ ਉਹਨਾਂ ਲੋਕਾਂ ਨੇ, ਕਿੱਥੇ ਬੀਬੀ ਖਾਲੜਾ ਹੋ ਰਹੀ ਜੀ, ਕਿੱਥੇ ਸੰਨੀ ਦਿਓਲ ਹੋ ਰਹੀ, ਪਰ ਮੈਨੂੰ ਤੇ ਲੋਕਾਂ ਦੀ ਮਾਨਸਿਕਤਾ ਤਾਂ ਸਮਝ ਨਹੀਂ ਆਇਆ ਜੀ, ਤਾਂ ਇਹ ਜੁੱਤੀਆਂ ਖਾਂਦੇ ਆਏ ਲੋਕ ਤੇ ਖਾਂਦੇ ਰਹਿਣਾ ਜੀ, ਜਿੰਨਾ ਚਿਰ ਲੋਕ ਸੰਜੀਦਾ ਹੋ ਗਏ ਵੋਟ ਨਹੀਂ ਨਾ ਸਰ ਪਾਉਂਦੇ। ਐਵੇਂ ਦੋ ਦੋ ਚਾਰ ਚਾਰ ਪਿੰਡਾਂ ਚ ਬੰਦੇ ਖੜੇ ਕੀਤੇ ਹੋਏ ਨੇ, ਉਹਨਾਂ ਦੇ ਮਗਰ ਬਸ ਲੋਕ ਲੱਗੇ ਫਿਰਦੇ ਨੇ ਤੇ ਜੁੱਤੀਆਂ ਖਾਂਦੇ ਫਿਰਦੇ ਨੇ ਜੀ। ਮਿਹਰਬਾਨੀ ਸਮੇਂ ਵਾਲੇ ਸਾਹਿਬ, ਜਿਸ ਤਰ੍ਹਾਂ ਇਹ ਕਿਰਦਾਰ ਅਦਾ ਕਰ ਰਹੇ ਨੇ ਸਿਆਸਤਦਾਨ, ਅਕਸ਼ੇ ਕੁਮਾਰ ਨੂੰ ਜਸਟੀਫਾਈ ਕਰਨਾ ਪੈ ਰਿਹਾ, ਜਵਾਬ ਦੇਣਾ ਪੈ ਰਿਹਾ। ਲੋਕ ਪੁੱਛ ਰਹੇ ਨੇ, ਜਿਹੜੀ ਉਹਨਾਂ ਨੇ ਮੋਦੀ ਸਾਹਿਬ ਦੀ ਇੰਟਰਵਿਊ ਕੀਤੀ ਹੈ ਨਾ, ਪੇੜ ਤੋਂ ਵੀ ਅਗਲਾ ਸਟੈਪ ਹੈ, ਕਿਉਂਕਿ ਮੋਦੀ ਸਾਹਿਬ ਦੀ ਛਵੀ ਨੂੰ ਨਿਖਾਰਨ ਦੀ ਕੋਸ਼ਿਸ਼ ਉਸ ਇੰਟਰਵਿਊ 'ਚ ਕੀ ਕੀਤੀ ਗਈ ਕਿ ਕਿੱਦਾਂ ਦਾ ਹੈ, ਕੀ ਹੈ, ਸਾਧ ਸੰਤ ਹੈ, ਕਿੰਨਾ, ਜਿਹੜੀ ਉਹਦੀ ਕੁਰਖਤ ਛਵੀ ਬਣੀ ਹੋਈ ਹੈ, ਉਸ ਨੂੰ ਮਨਮੋਹਣੀ ਛਵੀ ਬਣਾਉਣ ਦੀ ਕੋਸ਼ਿਸ਼ ਅਕਸ਼ੇ ਨੇ ਉਸ ਇੰਟਰਵਿਊ ਦੇ ਵਿੱਚ ਕੀਤੀ ਹੈ। ਕੱਲ੍ਹ ਮੈਂ ਜਵੇਦ ਅਖਤਰ ਉਹਨਾਂ ਦਾ ਪ੍ਰੋਗਰਾਮ ਸੁਣ ਰਿਹਾ ਸੀ, ਤਾਂ ਜਵੇਦ ਅਖਤਰ ਸਾਹਿਬ ਕਹਿੰਦੇ, ਕਹਿੰਦੇ ਕਮਾਲ ਹੀ ਹੈ, ਜਵੇਦ ਸਾਹਿਬ ਕਹਿੰਦੇ ਕਹਿੰਦੇ ਮੈਂ ਦਾਅ ਦੇਵਾਂਗਾ ਮੋਦੀ ਸਾਹਿਬ ਨੂੰ, ਕਹਿੰਦੇ ਦੂਜੀਆਂ ਪਾਰਟੀਆਂ ਸੋਚ ਵੀ ਨਹੀਂ ਸਕਦੀਆਂ ਕਿ ਉਹਨਾਂ ਦਾ ਜਿਹੜਾ ਲੀਡਰ ਹੈ
उस दी खराब छवि नूं उन्होंने किवें साफ करना, कहिंदे इह पैटर्न तां कमाल ही है। ओबामा जिस तरह मोदी साहब ने दस्सिया कि ओबामा मैनूं कहिंदा है वी तूं सोया कर, हुण उन्हें हिंदी च तां कहा नहीं होना, अंग्रेजी च कहा होना, यू कहा होना, यू च की पता तुसीं कहा तूं कहा इक्को ही गल है। सो मोदी साहब बड़ियां लंबियां लंबियां फेंक गए। सो इस दौरान अक्षय नूं भी घेरिया लोगों ने, कहिंदे तेरा पासपोर्ट ही इंडियन नहीं हैगा, तूं इत्थे की करदा फिरदा, तू मामा लगना भारत दे इंटरव्यू करन वालियां दा। सो इस दौरान जिहड़ा भावें पंजाब दे कुछ इंटरव्यू करन वाले इस तरह दे जिहड़े पोलीटिकल लोगों नखारदे ने कुछ अदारे, उहदे च मैं समझदा कि इहदे च दोष अक्षय कुमार दा भी नहीं है, इहदे च दोष उस ग्रुप दा भी है जिहड़े इस इंटरव्यू नूं कंडक्ट करदे ने, क्योंकि अदारे पिछे रहिंदे ने, गाज जिहड़ी है किते ना किते होस्ट जां एंकर ते डिग जांदी है, क्योंकि बहुते तां एंकर हुंदे ने साडे वर्गे मूँह फट जवाब दिंदे ने कि देखो जी सवाल तां मेरे ही होणगे। कुछ जिहड़े ने जर्नलिस्ट ने उहनां ते जिहड़ा जापता उह डैस्क दा अदारे दा लग जांदा है कि इह इंटरव्यू है पेड है, इह तुहानूं करनी पैणी है। इवन अखबारां वाले भी इस तरहां दी इंटरव्यू करके भेजदे ने कि इश्तिहारी पार्टियां ला दिओ, ते किते ना किते जर्नलिस्ट दे नाल नाल उह अदारे भी जिहड़े ने ना भावें विदेश दे ने, इस वारी ते कमाल हो गई है कि विदेशी मीडिया दे कुछ अदारे भी आ के पंजाब दे विच इदां दी इंटरव्यू कर रहे ने। उहदे च दोष सिर्फ पंजाब दे पत्रकारां दा ही नहीं जिहड़े इंटरव्यू कर रहे आ, दोष उहनां अदारियां दा भी है ਜਿਹੜੇ ਇਸ ਤਰ੍ਹਾਂ ਦੀਆਂ ਇੰਟਰਵਿਊ ਕੰਡਕਟ ਕਰਕੇ ਕਿਤੇ ਨਾ ਕਿਤੇ ਪਬਲਿਕ ਦੀਆਂ ਅੱਖਾਂ ਦੇ ਵਿੱਚ ਧੂੜ ਫੈਂਕ ਰਹੇ ਨੇ। ਸੋ ਉਹ ਪੇਡ ਇੰਟਰਵਿਊ ਦੇ ਲਈ ਅਦਾਰੇ ਵੀ ਸ਼ਾਇਦ ਜ਼ਿਆਦਾ ਜ਼ਿੰਮੇਵਾਰ ਨੇ ਇੱਕ ਜਰਨਲਿਸਟ ਦੇ ਨਾਲੋਂ, ਕਿਉਂਕਿ ਉਹਦੀ ਤਾਂ ਜੋਬ ਆ, ਉਹਨੇ ਤਾਂ ਕੰਮ ਕਰਨੀ ਆ, ਭਾਵੇਂ ਕਿਸੇ ਅਕਾਲੀਆਂ ਦੇ ਚੈਨਲ 'ਤੇ ਹੋਵੇ, ਕਾਂਗਰਸੀਆਂ ਦੇ 'ਤੇ ਹੋਵੇ, ਭਾਜਪਾਈਆਂ ਦੇ 'ਤੇ ਹੋਵੇ, ਪਰ ਨਾਲ ਨਾਲ ਕਿਤੇ ਨਾ ਕਿਤੇ ਅਦਾਰੇ ਵੀ ਜ਼ਿੰਮੇਵਾਰ ਨੇ। ਅਸੀਂ ਅਦਾਰਿਆਂ ਨੂੰ ਬਰੀ ਕਰ ਦਿੰਦੇ ਹਾਂ ਕਈ ਵਾਰੀ। ਐ ਤੁਸੀਂ ਆਉਣਾ ਰਹੋ ਜੀ, ਹੈਲੋ। ਸੱਚਾਈ ਬੋਲਦੇ ਸੱਚੇ ਦੀ ਤਾਂ ਗੱਲ ਸੁਣੋ ਜੀ, ਕੱਲ ਮੈਂ ਬਾਦਲ ਸਾਹਿਬ ਦੇ ਨਾਲ ਰਿਹਾ ਵੀ ਮੇਰੇ ਨਾਲ ਮੇਰਾ ਜਾਂ ਕੋਈ 400-500 ਬੰਦਾ ਉੱਥੇ ਇੱਥੇ ਵੀ ਕੋਈ ਮੈਨੂੰ ਮਾੜਾ ਆਦੇ ਨੇ, ਮੈਂ ਕੱਲ ਵੇਖਿਆ ਜੀ ਰੰਗ ਜੇ ਸਾਹਿਬ ਦੀ ਮੁਸਲਮਾਨ ਮਲਾਦੇ ਤੇ ਅੱਜ ਤੇ ਸਿੱਖ ਦਾ ਮੁਸਲਮਾਨਾਂ ਨਾਲੋਂ ਵੀ ਕਈ ਸਾਡੇ ਭੈੜੇ ਨੇ। ਉਹ ਮੇਰੇ ਗੱਲ ਪੈ ਗਏ ਇੱਥੇ ਭਰਾਵਾ, ਮੈਂ ਕਿਹਾ ਮੈਂ ਤਾਂ ਆਪ ਆ ਨਾ, ਮੈਂ ਪਾਪੀ ਆ, ਨਿੰਦਕ ਆ, ਦੁਸ਼ਟ ਆ, ਮੈਨੂੰ ਆਖੋ ਟੀਵੀ ਤੇ ਤੁਸੀਂ ਗਾਲਾਂ ਕੱਢੋ ਯਾਰ, ਮੈਨੂੰ ਕੋਈ ਗੁੱਸਾ ਨੀ। ਮੈਂ ਉਹ ਪਾਪ ਕਰਕੇ ਹਰ ਬੰਦਾ ਪਾਪੀ ਗੰਦਾ ਖੂਹ ਦੇ ਮੂੰਹ ਲੱਗ ਗਿਆ। ਮੇਰੇ ਭਰਾ ਚਾਚੇ ਤਾਏ ਇੱਥੇ ਮੈਨੂੰ ਨਾ ਕੋਈ ਗਾਲਾਂ ਕੱਢੀਆਂ, ਕੋਈ ਮਾੜਾ ਵੀ ਤੂੰ ਸੱਚ ਕੋ ਬੋਲ ਰਿਹਾ, ਇੰਨਾ ਮਾੜਾ ਹੋ ਗਿਆ। ਤੁਹਾਨੂੰ ਸਾਰੀ ਦੁਨੀਆ ਸੁਣਦੀ ਹੈ, ਮੈਂ ਅੱਜ ਵੀ ਇਹਨਾਂ ਮੈਨੂੰ ਹਜ਼ਾਰਾਂ ਫੋਨ ਆਏ ਨੇ ਉੱਧਰ ਦੇ ਅਮਰੀਕਾ ਦੇ, ਜਿਹੜੇ ਮੈਂ ਨੰਬਰ ਦਿੱਤਾ 99-152-4433। ਕੱਲ੍ਹ ਵੀ 4 ਭਰਾਵਾਂ ਦੇ ਯੂਕੇ 'ਚੋਂ ਆਏ ਨੇ, ਅੱਜ ਵੀ ਥੈਂਕ ਯੂ ਭੁੱਲਰ ਸਾਹਿਬ। 385 ਉਮੀਦਵਾਰਾਂ ਨੇ ਕਾਗਜ਼ ਫਾਇਲ ਕਰੇ ਸੀ, ਜਿਨ੍ਹਾਂ 'ਚੋਂ 297 ਦੇ ਜਿਹੜੇ ਕਾਗਜ਼ ਨੇ ਉਹ ਸਹੀ ਪਾਏ ਗਏ ਨੇ, ਜੋ ਚੋਣ ਲੜ ਰਹੇ ਨੇ। ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ 30 ਕੈਂਡੀਡੇਟ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ, ਅਤੇ ਸਭ ਤੋਂ ਘੱਟ 8 ਕੈਂਡੀਡੇਟ ਨੇ ਜਿਹੜੇ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਨੇ। ਐ ਤੁਸੀਂ ਆਉਂਦੇ ਰਹੋ ਜੀ। ਅਤੇ ਸਨੀ ਦਿਓਲ ਜਿਹੜੇ ਇਹਦੇ 'ਤੇ ਰੋਡ ਸ਼ੋਅ ਚੱਲ ਰਿਹਾ ਸੀ, ਉਹ 'ਚ ਗਾਣਾ ਹੋਈ ਲਾਇਆ, ਮੈਂ ਨਿਕਲਾ ਗਾੜੀ ਲੈ ਕੇ ਨਾ ਜਾਣੇ ਕਬ ਲਾਹੌਰ ਆਇਆ। ਆ ਜਿਹੜੇ ਲਾਹੌਰ ਜਾਣ ਵਾਲੇ ਨੇ ਉਹਨਾਂ ਤੋਂ ਤਾਂ ਪੰਜਾਬ ਪਹਿਲਾਂ ਹੀ ਪਰੇਸ਼ਾਨ ਹੈ। ਕੈਪਟਨ ਸਾਹਿਬ ਵੀ ਲਾਹੌਰ ਜਾਣ ਵਾਲਿਆਂ 'ਚ ਸ਼ਾਮਿਲ ਨੇ। ਲਾਹੌਰ ਦੀ ਫੂਡ ਸਟਰੀਟ ਦਾ ਖਾਣਾ ਕਈਆਂ ਨੂੰ ਜ਼ਿਆਦਾ ਹੀ ਪਸੰਦ ਆਉਂਦਾ ਹੈ। ਲਾਹੌਰ ਬੜੇ ਹੀਰੇ ਨੇ ਜੀ, ਲਾਹੌਰ 'ਚ ਹੀਰਾ ਮੰਡੀ ਵੀ ਹੈ ਅਤੇ ਹੋਰ ਵੀ ਬਹੁਤ ਹੀਰੇ ਨੇ। ਖੈਰ, ਸਾਨੂੰ ਆਪਣਿਆਂ ਦੀ ਵੀ ਸਾਰ ਲੈਣੀ ਚਾਹੀਦੀ ਹੈ, ਲਾਹੌਰ ਦਾ ਲਗਾਅ ਵਾਲਾ ਨਹੀਂ ਕਰਨਾ ਚਾਹੀਦਾ। ਸਨੀ ਦਿਓਲ ਵੀ ਲਾਹੌਰ ਦਾ ਲਗਾਅ ਕਾਫੀ ਕਰਦੇ ਨੇ। ਸੋ ਆਏ ਯਾਰ ਲਾਹੌਰੀ, ਪੁੱਛ ਪੁੱਛ ਘਣੀ ਮੁਹੱਬਤ ਥੋੜ੍ਹੀ। ਸੋ ਉਹਨਾਂ ਲਾਹੌਰੀ ਯਾਰਾਂ ਤੋਂ ਸਾਡੇ ਇੱਧਰਲੇ ਲਾਹੌਰੀ ਯਾਰਾਂ ਨੂੰ ਵੀ ਬਚ ਕੇ ਰਹਿਣਾ ਚਾਹੀਦਾ। ਇਹ ਮੈਂ ਲਾਹੌਰੀਆਂ ਨੂੰ, ਸਾਡੇ ਭਾਊਆਂ ਨੂੰ ਨਹੀਂ ਕਹਿ ਰਿਹਾ, ਭੁੱਲਰ ਸਾਹਿਬ ਹੋਰਾਂ ਨੂੰ। ਕੁਛ ਲਾਹੌਰੀ ਯਾਰ ਨੇ ਜਿਨ੍ਹਾਂ ਬਾਰੇ ਆਇਆ ਸੀ ਇਹ ਅਖਾਣ ਕਿ ਲਾਹੌਰ ਦੇ ਸ਼ਕੀਨ ਅਤੇ ਬੋਝੇ 'ਚ ਗਾਜਰਾਂ, ਕਈ ਇੱਦਾਂ ਦੇ ਵੀ ਨੇ ਇਹਨਾਂ 'ਚ ਸਿਆਸਤਦਾਨ ਸਾਡੇ, ਪਰ ਲਾਹੌਰ ਦੇ ਪੱਟੇ ਅਜੇ ਤੱਕ ਰਾਸ ਨਹੀਂ ਆਏ, ਪੰਜਾਬੀਆਂ ਨੂੰ ਪਤਾ ਇਹਦੇ ਬਾਰੇ। ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਭਾਜੀ, ਵੈਸੇ ਮੈਂ ਮਾੜੇ ਜਿਹੇ ਸ਼ਬਦ ਕੌੜੇ ਜਿਹੇ ਵਰਤਣ ਲੱਗਾ, ਵੈਸੇ ਪਾਣੀ ਜੇ ਨਾ ਵਜੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਜੀ। ਤਾਂ ਕੀ ਆ, ਪੈਸੇ ਤਾਂ ਅੱਗੇ ਵੀ ਹੁੰਦਾ, ਪਰ ਜੇ ਲੰਡੇ ਚੌਧਰੀ ਜੀ, ਓਕੇ ਜੀ, ਓਕੇ ਜੀ ਜੀ। ਹਾਂ ਦੇਖੋ, ਇਹ ਟਰੈਂਡ ਵੀ ਭਾਵੇਂ ਕੋਈ ਵੀ ਹੈ, ਮਿਆਰ ਤੇ ਵੀਰ ਮੇਰੇ ਆ ਹਰ ਚੀਜ਼ ਦੇ ਡਿੱਗ ਰਹੇ ਨੇ। ਗਾਲੀ ਗਲੋਚ ਹੈ ਜਿਹੜਾ ਆਮ ਹੋਣ ਲੱਗ ਪਿਆ ਟੀ ਵੀ ਚੈਨਲਾਂ 'ਤੇ, ਨੈਸ਼ਨਲ ਚੈਨਲਾਂ ਦਾ ਜੋ ਪੱਧਰ ਹੈ ਉਹ ਡਿੱਗਿਆ, ਸੋਸ਼ਲ ਸਾਈਟਸ 'ਤੇ ਜੋ ਗੰਦ ਪਹਿਲਾਂ ਉਹ ਵਧਿਆ, ਸਿਆਸਤਦਾਨਾਂ ਨੇ ਤੁਸੀਂ ਪੁੱਛ ਲਓ
दफ्तर कित्थे बनाया जी, वह कहणगे जी मीटिंग दफ्तर तां इह आ, वार रूम साडा उधर है। मतलब इलैक्शन दे विच नवें कोड आ गए ने इस वारी कि इलैक्शन नहीं लड़ी जा रही, वार लड़ी जा रही है, जंग लड़ी जा रही है। वार रूम बनाए हुए ने उन्हां दे जो कोड ने कि वार रूम फलानी जगह बनाया हुआ जिथों लड़ाई लड़ी जाती है, उत्थे हर हरबा जरबा हर टेढ़ा टांगा वार रूम सारे सियासतदानों ने गुप्त थावां ते बनाए ने जिथे बाली कोई आमद जामद ना रहे, उत्थों फिर सोशल मीडिया जां होर जिहड़ी रणनीति है वह उत्थे घड़ी जाती है। सो वार रूम दे विच बहुत ज़्यादा डैवल ही बैठे होंगे ने हर पार्टी के, उन्होंने शैतानी करनी होंगी, शैतान नूं शैतान टकरे हुए ने इन्हां वार रूम दे विच। इस वार दी इलैक्शन का कुछ वखरेवा है, कुछ नवा ट्रेंड है, कुछ नवी रवायत नहीं रविद है। ਤੁਸੀਂ ਆਨਰ ਹੋ ਜੀ ਅਟਵਾਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਅਮਰੀਕ ਸਿੰਘ ਮਿਸ਼ੀਗਨ ਤੋਂ ਬੋਲ ਜੀ। ਸਾਹਿਬ ਅਮਰੀਕ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਤੁਹਾਨੂੰ ਲੱਗਦਾ ਨਹੀਂ ਕਿ ਜਿੰਨਾ ਇਲੈਕਸ਼ਨ ਆ ਉਹਦੇ ਵਿੱਚ ਪੰਜਾਬ ਦੇ ਸਾਰੇ ਮੁੱਦੇ ਜੀ? ਜੀ ਦੇਖੋ, ਨਾ ਕੋਈ ਮਤਲਬ ਪਾਣੀਆਂ ਦਾ ਚੱਕਿਆ ਕਿਸੇ ਨੇ, ਨਾ ਹੀ ਜਿਹੜਾ ਪੰਜਾਬੀ ਬੋਲੀ ਜਿਹੜੀ ਹੈਗੀ ਮਾਂ ਬੋਲੀ, ਉਹ ਚੰਡੀਗੜ੍ਹ ਦਾ ਪੰਜਾਬੀ ਇਲਾਕਿਆਂ ਦਾ ਪੰਜਾਬੀ ਬੋਲਦੇ ਤੇ ਜਿਹੜੇ ਹੁਣ ਸਬਜ਼ ਬਾਗ ਦਿਖਾ ਰਹੇ ਨਾ, ਜਿਵੇਂ ਸੁਖਬੀਰ ਬਾਦਲ ਤੂੜੀ ਆ ਰਹੀਆਂ ਟਰਾਲੀਆਂ ਗੱਡੀਆਂ ਨਾ ਨੋਟਾਂ ਦੀਆਂ ਭਰ ਕੇ, ਜਿਹੜੇ ਪਹਿਲੇ ਟਰੱਕ ਸੀ ਉਹ ਤਾਂ ਗਏ ਜੀ। ਤੇ ਦੂਜਾ ਵੀਰ ਜੀ, ਜਿਹੜੇ ਧੋਖੇ ਦੇ ਵਿੱਚ ਰੱਖ ਜਿਵੇਂ ਆਪਣੇ ਹੰਸਰਾ ਹੰਸ ਲੱਗਦਾ ਵੀ ਇਹ ਮੁਸਲਮਾਨ ਬਣਿਆ ਸੀਗਾ ਜਾਂ ਉਹ ਕਦੇ ਸਿੱਖ ਬਣ ਜਾਂਦਾ ਕਦੇ ਮੁਸਲਮਾਨ ਬਣ ਜਾਂਦਾ, ਧਰਮਿੰਦਰ ਦਾ ਪਰਿਵਾਰ ਆ ਮਰਦਾ ਕਿ ਸਾਨੂੰ ਮਤਲਬ ਮੂਰਖ ਨੀ, ਵੋਟਾਂ ਦੇ ਟਾਈਮ ਇਹਨਾਂ ਨੇ ਇੱਕ ਅਡੰਬਰ ਰੱਖ ਤਾੜੀਆਂ ਮਾਰ ਕੇ ਉਹਦੇ ਪਿੱਛੇ ਫਿਰ ਜੀ। ਥੈਂਕ ਯੂ ਅਮਰੀਕ ਸਿੰਘ ਜੀ, ਗੱਲ ਤੁਹਾਡੀ ਦਰੁਸਤ ਹੈ। ਹਾਂ, ਇੱਦਾਂ ਹੁਣ ਦੇਖੋ, ਹੰਸ ਰਾਜ ਹੰਸ ਕਹਿੰਦਾ ਮੈਂ ਤੇ ਆਮ ਆਦਮੀ ਪਾਰਟੀ ਤੇ ਪਰਚਾ ਕਰਾਊਂ, ਕਹਿੰਦਾ ਇਹ ਮੈਨੂੰ ਕਹਿ ਰਹੇ ਨੇ ਮੈਂ ਧਰਮ ਤਬਦੀਲ ਕੀਤਾ, ਕਹਿੰਦਾ ਮੇਰੀ ਤਾਂ ਮਾਂ ਵੀ ਜਿਹੜਾ ਭਗਵਾਨ ਵਾਲਮੀਕ ਨੂੰ ਮੰਨਦੀ ਉਹ ਤਾਂ ਮੈਨੂੰ ਮਾਰ ਦਿੰਦੀ ਜੇ ਮੈਂ ਮੁਸਲਮਾਨ ਬਣ ਜਾਂਦਾ। ਸੋ ਇਹ ਗੱਲਾਂ ਉੱਠੀਆਂ ਸੀਗੀਆਂ ਕਿਤੇ ਨਾ ਕਿਤੇ ਉਦੋਂ, ਚਾਹੇ ਅਫਵਾਹ ਹੀ ਸੀਗੀ, ਪਰ ਇਹ ਜਿਹੜਾ ਹੈਗਾ ਕਿ ਪੋਤੜੇ ਇੰਨੇ ਗੰਦੇ ਤਰੀਕੇ ਨਾਲ ਫੋਲੇ ਜਾ ਰਹੇ ਨੇ ਨਾ ਕਿ ਪੋਤੜਿਆਂ 'ਚੋਂ ਬਦਬੂ ਬਹੁਤ ਆਉਂਦੀ ਹੈ, ਡਾਂਟ ਮਾਰਦੀ ਹੈ ਪਿੰਡਾਂ ਵਾਲਿਆਂ ਦਾ ਖਾਣਾ, ਇੰਨੇ ਗੰਦੇ ਗੰਦੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਸੋ ਉੱਥੇ ਇੱਕ ਦੂਸਰੇ ਦੇ ਜਿਵੇਂ ਤੁਹਾਡੇ ਮੁਲਕਾਂ 'ਚ ਜਾ ਕੇ ਮੈਂ ਤੈਨੂੰ ਸੂਹ ਕਰ ਦੂੰ, ਸਾਡੇ ਵਾਲੇ ਸੂਹ ਨਹੀਂ ਕਰਦੇ, ਸਾਡੇ ਵਾਲੇ ਤਾਂ ਹੋਰ ਹੀ ਕੁਛ ਕਰਦੇ ਆ, ਮਾਫ਼ ਕਰਨਾ। ਤੁਸੀਂ ਆਉਂਦੇ ਰਹੋ ਜੀ, ਕਿਉਂਕਿ ਸੂਹ ਕਰਨ ਦਾ ਟ੍ਰੈਂਡ ਇੰਡੀਆ 'ਚ ਘੱਟ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ 'ਤੇ ਮਾਨਹਾਨੀ ਦੇ ਮੁਕੱਦਮੇ ਦਰਜ ਹੁੰਦੇ ਨੇ। ਇਹ ਮੈਂ ਤੁਹਾਨੂੰ ਦੱਸਦਿਆਂ ਕਿ ਸ਼ਾਇਦ ਪੰਜਾਬ ਦੇ ਵਿੱਚ ਕਿਸੇ ਪੱਤਰਕਾਰ 'ਤੇ ਜੇ ਮਾਨਹਾਨੀ ਦੇ ਮੁਕੱਦਮੇ ਹੋਏ ਵੀ ਨੇ ਤਾਂ ਸਜ਼ਾ ਕਿਸੇ ਨੂੰ ਵੀ ਨਹੀਂ ਹੋਈ। ਜਿਸ ਮਾਨਹਾਨੀ ਦੇ ਮੁਕੱਦਮੇ ਤੋਂ ਡਰਦਾ ਕੇਜਰੀਵਾਲ ਮਾਫ਼ੀ ਮੰਗ ਗਿਆ, ਮੈਨੂੰ ਦੱਸ ਦਿਓ ਕਿ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਨੂੰ ਇੰਡੀਆ 'ਚ ਮਾਨਹਾਨੀ ਦੇ ਮੁਕੱਦਮੇ 'ਚ ਸਜ਼ਾ ਹੋਈ ਹੈ? ਕਿਉਂਕਿ ਮਾਨਹਾਨੀ ਦੇ ਮੁਕੱਦਮੇ ਵੱਡੇ ਲੋਕ ਹੀ ਕਰਦੇ ਨੇ, ਉਹਨਾਂ ਦਾ ਨਾ ਕੋਈ ਮਾਣ ਹੁੰਦਾ ਨਾ ਕੋਈ ਹਾਨੀ ਹੁੰਦੀ ਹੈ, ਅਤੇ ਫਿਰ ਮਾਨਹਾਨੀ ਦੇ ਮੁਕੱਦਮੇ ਦਾ ਮੁਆਵਜ਼ਾ ਕੀ ਮਿਲਣਾ ਬਾਬਾ ਜੀ ਦਾ? ਠੁੱਲੂ ਕੁਛ ਨਹੀਂ ਮਿਲਣਾ। ਸੋ ਇਸ ਕਰਕੇ ਕੇਜਰੀਵਾਲ ਦੀ ਮਾਫ਼ੀ ਪੰਜਾਬੀਆਂ ਨੂੰ ਤਾਂ ਹੀ ਚੁੱਭਦੀ ਹੈ ਕਿ ਭਾਈ ਤੂੰ ਕਿਉਂ ਡਰੀ ਜਾਣਾ, ਇੱਥੇ ਤਾਂ ਕਿਸੇ 'ਤੇ ਮੁਕੱਦਮਾ ਹੀ ਨਹੀਂ ਹੋਇਆ ਮਾਨਹਾਨੀ ਦਾ, ਜੇ ਹੋਇਆ ਤਾਂ ਸਜ਼ਾ ਨਹੀਂ ਹੋਈ। ਤੁਸੀਂ ਆਉਂਦੇ ਰਹੋ। ਅਗਲੇ ਕਾਲਰ ਵੱਲ ਵੱਧਦੇ ਹਾਂ ਜੀ, ਸਵਾਗਤ। ਕਿਸ ਤਰ੍ਹਾਂ ਦੀ ਹੈ ਇਲੈਕਸ਼ਨ ਪਿਛਲੀਆਂ ਚੋਣਾਂ ਦੇ ਨਾਲੋਂ, ਕੀ ਫਰਕ ਹੈ? ਤੁਸੀਂ ਆਉਂਦੇ ਰਹੋ ਜੀ। ਸੋਰੀ, ਹਾਂਜੀ ਹੈਲੋ, ਹਾਂਜੀ ਸਵਾਗਤ ਸਰ, ਮੈਂ ਪਟਿਆਲੇ ਤੋਂ ਹਰਬੀਰ ਸਿੰਘ ਬੋਲ ਰਿਹਾ। ਹਾਂ, ਘਰੋਂ ਹੀ ਬੋਲਦੇ ਹੋ ਸਾਡੇ, ਕੀ ਹਾਲ ਹੈ ਜੀ ਪਟਿਆਲੇ ਤੋਂ? ਹਾਂਜੀ ਸਰ, ਮੈਂ ਇੱਕ ਹੋਰ ਗੱਲ ਦੇਖਦਾ, ਮੈਂ ਪਿੰਡ ਨਾ ਖੇੜੀ ਗੰਡਿਆਂ ਤੋਂ ਬੋਲ ਰਿਹਾ ਹਾਂ। ਖੇੜੀ ਗੰਡਿਆਂ ਦਿੱਕਤ ਕੀ ਹੈ ਨਵੀਂ ਗੱਲ? ਵਿਰੋਧੀ ਖਾਸ ਕਰਕੇ ਗੱਲ ਹੈ ਜੀ। ਹਾਂਜੀ ਹਾਂਜੀ, ਮੈਂ ਗਾਂਧੀ ਸਾਹਿਬ ਦੇ ਫਲੈਕਸ ਬਹੁਤ ਉਤਾਰੇ ਜਾ ਰਹੇ ਜੀ। ਅੱਛਾ, ਜਿਵੇਂ ਤੇ ਮੈਂ ਦੇਖਿਆ ਜੀ ਪ੍ਰਸ਼ਾਸਨ ਕਾਫੀ ਦੂਜੇ ਆਪਣੇ ਕੈਪਟਨ ਸਾਹਿਬ ਦੇ ਲੱਗੇ ਹੋਏ ਆ ਸਾਰੇ ਕਿਤੇ, ਤੇ ਆਪਣੇ ਗਾਂਧੀ ਸਾਹਿਬ ਦੀ ਬੜੀ ਦਿੱਕਤ ਆ ਰਹੀ ਹੈ। ਜਾਣੇ ਕਹਿਣ ਦਾ ਭਾਵ ਇੱਕ ਟਾਈਮ ਜਿਹੜੀ ਸੱਤਾ ਦੀ ਰਹਿ ਉਹ ਬੈਕਪੁਰ ਤੇ ਖੇਡ ਰਹੀ ਹੈ ਪਤਾ ਨੀ ਕਿਉਂ ਜੀ। ਅੱਛਾ, ਤੁਹਾਡੇ ਪਿੰਡ ਦਾ ਨਾਮ, ਚਲੋ ਮੈਂ ਗੱਲ ਕਰਦਾ, ਖੇੜੀ ਗੰਢਿਆਂ ਪਿਆ ਨਾ, ਪਿਆਜ਼ ਕਾਫੀ ਹੁੰਦਾ ਤੁਹਾਡੇ ਇਲਾਕੇ 'ਚ ਹੈ ਜੀ? ਤੁਹਾਡੇ ਇਲਾਕੇ 'ਚ ਪਿਆਜ਼ ਕਾਫੀ ਬੀਜਦੇ ਹੁੰਦੇ ਸੀ ਨਾ ਅੱਗੇ? ਹਾਂਜੀ ਹਾਂਜੀ, ਪੁਰਾਣਾ ਦੱਸਦੇ ਆ ਜੀ, ਹੁਣ ਤਾਂ ਨੋਰਮਲ ਹੀ ਆ, ਹੁਣ ਤਾਂ ਪਿਆਜ਼ ਪੁਜ ਇੰਨਾ ਨਹੀਂ ਹੁੰਦਾ, ਲੇਕਿਨ ਪੁਰਾਣਾ ਸੁਣਦੇ ਸੀਗੇ ਹੁੰਦਾ ਸੀਗਾ ਜੀ। ਹਾਂ, ਧੰਨਵਾਦ ਧੰਨਵਾਦ ਹਰਦੀਪ ਸਿੰਘ ਜੀ, ਮਿਹਰਬਾਨੀ। ਸੋ ਇਹ ਸੋਰੀ ਚੱਪੜ ਸੀਲ ਇਹਨਾਂ ਇਲਾਕਿਆਂ 'ਚ ਕਾਫੀ ਪਿੰਡਾਂ 'ਚ ਕਾਫੀ ਪਿਆਜ਼ ਗੰਢੇ ਆ ਜਿਹੜੇ ਹੁੰਦੇ ਸੀਗੇ।
ਤੇ ਈਵਨ ਸਾਨੂੰ ਟਿਵਾਣਿਆਂ ਨੂੰ ਵੀ ਸਾਡੇ ਨਾਨਕਿਆਂ ਨੇ ਚੜਾਉਣਾ ਆ ਗਏ ਟਿਵਾਣੇ ਗੱਠੇ ਖਾਣੇ ਗੱਠੇ ਕਹਿੰਦੇ ਹੁੰਦੇ ਸੀ ਗੰਢਿਆਂ ਨੂੰ ਸਾਡੇ ਇਲਾਕੇ 'ਚ ਵੀ ਪਿਆਜ਼ ਕਾਫੀ ਬੀਜਦੇ ਸੀਗੇ ਪਿੰਡਾਂ ਵੱਲ ਖੈਰ ਡਾਕਟਰ ਗਾਂਧੀ ਦੇ ਮਾਮਲੇ 'ਚ ਕਈ ਵਾਰੀ ਇਹ ਨਾ ਹੋਵੇ ਕਿ 100 ਗੰਢੇ ਵੀ ਖਾ ਲਏ ਅਤੇ 100 ਛਿੱਤਰ ਵੀ ਖਾ ਲਏ ਜਿਸ ਤਰ੍ਹਾਂ ਕੋਈ ਵੀ ਸਿਆਸਤਦਾਨ ਅਗਰ ਇਸ ਤਰ੍ਹਾਂ ਦਾ ਸਟੈਪ ਚੁੱਕਦਾ ਤਾਂ ਉਸਨੂੰ ਸਜ਼ਾ ਦੇ ਨਾਲ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਸ਼੍ਰੀਮਤੀ ਪ੍ਰਨੀਤ ਕੌਰ ਹੋਰਾਂ ਦੀਆਂ ਜੋ ਕੁਛ ਇੰਟਰਵਿਊ ਆਈਆਂ ਨੇ ਉਹਨਾਂ ਨੇ ਵੀ ਡਾਕਟਰ ਗਾਂਧੀ ਨੂੰ ਨਹੀਂ ਭੰਡਿਆ ਅਤੇ ਕੁਛ ਜਿਹੜਾ ਉਹਨਾਂ ਦੇ ਲਈ ਕੰਮ ਕਰਦਾ ਮੀਡੀਆ ਉਹਨਾਂ ਨੇ ਡਾਕਟਰ ਗਾਂਧੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਉਸ 'ਤੇ ਬਹੁਤ ਜ਼ਿਆਦਾ ਰਿਐਕਟ ਵੀ ਕੀਤਾ ਸੋ ਡਾਕਟਰ ਗਾਂਧੀ ਨੇ ਵੀ ਜਿਹੜਾ ਹੈਗਾ ਉਹ ਸ਼ਿਕਾਇਤ ਕੀਤੀ ਹੈ ਚੋਣ ਕਮਿਸ਼ਨ ਕੋਲ ਕਿ ਪੰਜਾਬ ਨੂੰ ਸੋਰੀ ਪਟਿਆਲਾ ਨੂੰ ਅਤ ਸੰਵੇਦਨਸ਼ੀਲ ਸੀਟ ਐਲਾਨਿਆ ਜਾਵੇ ਕਿਉਂਕਿ ਇੱਥੇ ਮੁੱਖ ਮੰਤਰੀ ਦੀ ਘਰ ਵਾਲੀ ਚੋਣ ਲੜ ਰਹੀ ਹੈ ਇੱਥੇ ਹਰ ਸਾਮ ਦਾਮ ਦੰਡ ਭੇਦ ਇੱਥੇ ਵੀ ਵਰਤਿਆ ਜਾਣਾ ਜਿਵੇਂ ਬਠਿੰਡਾ 'ਚ ਹੈ ਸੋ ਜਿਵੇਂ ਗੁਰਦਾਸਪੁਰ 'ਚ ਹੈ ਇਹ 3-4 ਹੌਟ ਸੀਟਾਂ ਨੇ ਜਿੱਥੇ ਗੁੰਡਾਗਰਦੀ ਰੱਜ ਕੇ ਹੋਣੀ ਹੈ ਕਿਉਂਕਿ ਪਹਿਲਾਂ ਵੀ ਪਟਿਆਲੇ ਦੀ ਪੰਜਾਬ ਦੀ ਹਿਸਟਰੀ ਦੇ ਵਿੱਚ ਇਹ ਰਿਕਾਰਡ ਹੈ ਜਦੋਂ ਕੈਪਟਨ ਵਜ਼ਾਰਤ ਸੀ 2002-07 ਦੇ ਦੌਰਾਨ ਪਟਿਆਲੇ ਦੇ 32 ਨੰਬਰ ਵਾਰਡ ਦੇ ਵਿੱਚ ਪਹਿਲੀ ਵਾਰੀ ਹੈ ਨਾ ਜਿਹੜਾ 32 ਬੋਰ ਚੱਲੀਆਂ ਸੀਗੀਆਂ ਕਈਆਂ ਦੀ 32 ਸੀ ਟੁੱਟੀ ਸੀ ਇਹ ਜਿਹੜਾ ਰਵਿੱਧ ਹੈ ਮਾੜਾ ਟਰੈਂਡ ਹੈ ਇਹ ਪਟਿਆਲੇ 'ਚ ਹੀ ਚੱਲਿਆ ਸੀ ਪਹਿਲਾਂ ਵੀ ਡਾਕਟਰ ਗਾਂਧੀ 'ਤੇ ਹਮਲਾ ਹੋਇਆ ਸੀ ਰਜਿੰਦਰ ਵਿਰਕ ਇੱਕ ਅਕਾਲੀ ਆਗੂ ਸੀਗੇ ਉਹਨਾਂ ਨੇ ਹਮਲਾ ਕੀਤਾ ਸੀਗਾ ਡਾਕਟਰ ਗਾਂਧੀ 'ਤੇ ਵੀ ਸੱਟ ਲੱਗੀ ਸੀ ਹਲਕੀ ਉਸ ਇਲੈਕਸ਼ਨ ਦੇ ਦੌਰਾਨ ਇਸ ਕਰਕੇ ਪਟਿਆਲੇ ਨੂੰ ਅਤ ਸੰਵੇਦਨਸ਼ੀਲ ਐਲਾਨੇ ਜਾਣ ਦੀ ਗੱਲ ਹੈ ਕਿਉਂਕਿ ਕੈਪਟਨ ਨੇ ਜਿਹੜੀ ਚੇਤਾਵਨੀ ਦਿੱਤੀ ਨਾ ਕਿ ਜਿਸ ਹਲਕੇ 'ਚ ਕੈਂਡੀਡੇਟ ਹਾਰਿਆ ਉਸ ਹਲਕੇ ਦੇ ਕਾਂਗਰਸੀਆਂ ਨੂੰ ਮਿਲਣਾ ਮੁਲਣਾ ਫਿਰ ਕੁਛ ਨਹੀਂ ਹੈ ਇਹ ਸਿੱਧੀ ਚੇਤਾਵਨੀ ਹੈ ਲੋਕਾਂ ਨੂੰ ਤੁਸੀਂ ਆਉਂਦੇ ਰਹੋ ਜੀ ਹੈਲੋ ਸਵਾਗਤ ਜੀ ਸਤਿ ਸ਼੍ਰੀ ਅਕਾਲ ਬਾਈ ਤਵਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਕੌਣ ਬੋਲ ਰਹੇ ਹੋ ਮੈਂ ਗੁਰਚਰਨ ਸਿੰਘ ਮੁੱਖਾ ਪਿੰਡ ਲਵਲੀ ਖੰਨਾ ਜੀ ਜੈਤੋ ਮੰਡੀ ਕੋਲੋਂ ਜੀ ਸਵਾਗਤ ਸਾਰੇ ਇੰਨੀ ਨੂੰ ਬੋਲਾ ਤੁਸੀਂ ਫਿਰ ਪਹਿਲਾਂ ਇਲੈਕਸ਼ਨਾਂ ਦਾ ਬਖੇਵਾ ਕੀ ਹੋਣਾ ਪਹਿਲਾਂ ਵੀ ਆਈ ਹੁੰਦਾ ਇਹ ਹੁਣ ਵੀ ਹੋਵੇ ਧੱਕਾ ਮੁੱਕੀ ਹੋਣੀ ਹੈ ਕਿਹੜੇ ਇਲੈਕਸ਼ਨ ਆਏ ਤੁਹਾਨੂੰ ਉੱਤੇ ਵੀ ਇਹ ਦਿਨ ਪਹਿਲਾਂ ਗੱਲ ਕੀਤੀ ਸੀ ਆਪਾਂ ਵੀ ਇੱਥੇ ਲੋਕ ਰਾਜ ਦੀ ਨੀਂਹ ਸਹੀ ਨਹੀਂ ਰੱਖੀ ਗਈ ਤੇ ਇੱਥੇ ਇਲੈਕਸ਼ਨ ਕਰ ਰਹੇ ਆ ਜਿਹੜਾ ਹੈਗਾ ਬਸ ਇੱਕ ਪਖੰਡ ਕਰ ਰਹੇ ਆ ਡਰਾਮੇਬਾਜ਼ੀ ਮਿਹਰਬਾਨੀ ਜੀ ਧੰਨਵਾਦ ਸੋ ਬਿਲਕੁਲ ਵੈਸੇ ਤਾਂ ਸਿਆਸਤ ਦੇ ਵਿੱਚ ਹੀ ਨਹੀਂ ਹਰ ਸ਼ੋਭੇ ਦੇ ਵਿੱਚ ਜਿਹੜੇ ਮਿਆਰ ਨੇ ਉਹ ਤਿਲਕ ਰਹੇ ਨੇ ਅਸੀਂ ਫਿਸਲ ਰਹੇ ਹਾਂ ਜਿਹੜੀ ਮਾਣ ਮਰਿਆਦਾ ਹੈ ਸਲੀਕਾ ਸੰਜੀਦਗੀ ਹੈ ਉਹ ਸਾਡੇ ਜ਼ਿਹਨ ਦੇ ਵਿੱਚੋਂ ਮਨਫੀ ਹੋ ਰਹੀ ਹੈ ਭਾਵੇਂ ਪਰਿਵਾਰ ਦੀ ਗੱਲ ਹੋਵੇ ਪੋਲੀਟਿਕਸ ਦੀ ਗੱਲ ਹੋਵੇ ਧਾਰਮਿਕ ਅਦਾਰਿਆਂ ਦੀ ਗੱਲ ਹੋਵੇ ਵਿੱਦਿਅਕ ਸੰਸਥਾਵਾਂ ਦੀ ਗੱਲ ਹੋਵੇ ਜਿਹੜੇ ਉੱਚੇ ਸੁੱਚੇ ਮਿਆਰ ਨੇ ਉਹਨਾਂ ਤੋਂ ਅਸੀਂ ਮਨਫੀ ਹੋ ਰਹੇ ਹਾਂ ਥੱਲੇ ਡਿੱਗ ਰਹੇ ਹਾਂ ਉਹ ਪਾਏਦਾਨ ਸਾਡਾ ਥੱਲੇ ਨੂੰ ਆਈ ਜਾ ਰਿਹਾ ਹਾਲਾਂਕਿ ਸਦਾਚਾਰ ਸਲੀਕਾ ਉੱਪਰ ਹੋਣਾ ਚਾਹੀਦਾ ਪਰ ਜਿਹੜੇ ਲੋਕ ਇਸ ਪਾਸੇ ਹੈਗੇ ਨੇ ਲੋਕ ਉਹਨਾਂ ਦਾ ਸਤਿਕਾਰ ਵੀ ਕਰਦੇ ਨੇ ਪਰ ਇਹ ਵੀ ਹੈ ਕਿ ਸਿਆਸਤ ਦੇ ਵਿੱਚ ਸਾਫ਼ ਸੁਥਰੇ ਬੰਦਿਆਂ ਦਾ ਜਿੱਤਣਾ ਬਹੁਤ ਔਖਾ ਹੈ ਇੱਕ ਵਕਫੇ ਤੋਂ ਬਾਅਦ ਫਿਰ ਮਿਲਦੇ ਹਾਂ ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਵੰਦ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਚੈਨਲ ਪੰਜਾਬੀ ਟੀ ਵੀ ਕੈਨੇਡਾ ਅਤੇ ਇੰਡੀਆ ਦੇ ਵਿੱਚ ਇਸ ਵਕਤ ਏਅਰਟੈੱਲ ਦੀ ਡਿਸ਼ 'ਤੇ ਚੈਨਲ ਨੰਬਰ 565 ਫਰੰਟੀਅਰ ਟੀ ਵੀ D5 ਨੈੱਟਵਰਕ ਦੇ ਰਾਹੀਂ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦਾ ਜਿਹੜਾ ਜ਼ਰੀਆ ਉਹ ਹੈ ਪਟਿਆਲਾ ਦਾ ਕੋਡ ਹੈ 01755156 ਅਤੇ ਅਮਰੀਕਾ ਦਾ ਆਪਣਾ ਨੰਬਰ ਹੈ 201-301-2785 ਇਸ ਪ੍ਰੋਗਰਾਮ ਦਾ ਰਿਪੀਟ ਤੁਸੀਂ ਸਾਡੇ ਕੈਨੇਡਾ ਵਾਲੇ ਚੈਨਲ ਪੰਜਾਬੀ ਦੇ ਨਾਂ 'ਤੇ ਬਣੇ ਚੈਨਲ ਪੰਜਾਬੀ ਯੂਟਿਊਬ ਪੇਜ 'ਤੇ ਵੇਖ ਸਕਦੇ ਹੋ ਅਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਦਾ ਆਪਣਾ ਵਿਸ਼ਾ ਹੈ ਕਿ ਇਹ ਚੋਣ ਪਿਛਲੀਆਂ ਚੋਣਾਂ ਨਾਲੋਂ ਕਿਵੇਂ ਵੱਖਰੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਸਿੱਧਾ ਕਟਾਕਸ਼ ਕਾਂਗਰਸੀਆਂ 'ਤੇ ਕੀਤਾ ਹੈ ਕਿ ਇਹ ਦੇਸ਼ ਹੁਣ ਸਪੇਰਿਆਂ ਦਾ ਦੇਸ਼ ਨਹੀਂ ਹੈ ਜਿਸ ਤਰ੍ਹਾਂ ਵਿਦੇਸ਼ਾਂ 'ਚ ਪ੍ਰਚਾਰਿਆ ਜਾਂਦਾ ਕਿ ਬੰਗਾਲਿਆਂ ਦਾ ਦੇਸ਼ ਹੈ ਭਾਰਤ ਸੱਪਾਂ ਦਾ ਦੇਸ਼ ਹੈ ਕਹਿੰਦੇ ਇਹ ਦੇਸ਼ ਹੁਣ ਮਾਊਸ ਫੜਨ ਵਾਲਿਆਂ ਦਾ ਜਾਣੀ ਕਿ ਕੰਪਿਊਟਰ ਦਾ ਮਾਊਸ ਫੜਨ ਵਾਲਿਆਂ ਦਾ ਦੇਸ਼ ਹੈ ਚੂਹੇ ਫੜਨ ਵਾਲਿਆਂ ਦਾ ਦੇਸ਼ ਹੈ ਪਰ ਚੂਹੇ ਤਾਂ ਅਜੇ ਵੀ ਲੋਕ ਖਾ ਰਹੇ ਨੇ ਇੰਡੀਆ ਦੇ ਵਿੱਚ ਮੂਸੇਹਾਰ ਕਮਿਊਨਿਟੀ ਹੈ ਬਿਹਾਰ ਸਾਈਡ ਜਿਹੜੀ ਅਜੇ ਵੀ ਚੂਹੇ ਮਾਰ ਕੇ ਖਾ ਰਹੀ ਹੈ ਚੂਹਾ ਪੂਜਿਆ ਵੀ ਜਾ ਰਿਹਾ ਅਤੇ ਇਸ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਕਟਾਕਸ਼ ਹੈ ਉਹ ਪ੍ਰਿਯੰਕਾ 'ਤੇ ਕੀਤਾ ਕਿਉਂਕਿ ਪ੍ਰਿਯੰਕਾ ਰਾਏਬਰੇਲੀ ਦੇ ਵਿੱਚ ਸਪੇਰਿਆਂ ਦੀਆਂ ਬਸਤੀਆਂ ਦੇ ਵਿੱਚ ਗਈ ਸੀ ਪ੍ਰਚਾਰ ਵਾਸਤੇ ਪ੍ਰਿਯੰਕਾ ਨੇ ਸਪੱਸ਼ਟ ਕੀਤਾ ਕਿ ਮੈਂ ਉੱਥੇ ਵੋਟਾਂ ਮੰਗਣ ਨਹੀਂ ਬਲਕਿ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਗਈ ਸੀ ਮੋਦੀ ਸਾਹਿਬ ਨੇ ਇਹ ਵੀ ਆਖਿਆ ਕਿ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਾਣ ਕੇ ਜਵਾਹਰ ਲਾਲ ਨਹਿਰੂ
प्रधानमंत्री हाउस के बाहरों आए मेहमानों सप्पां ते न्योलियां की लड़ाई विखाउंदा सी, पर की अज बंदे ते बंदे की लड़ाई नहीं हो रही? गऊ रख्या के नाम ते की लोगों नूं मारिया नहीं जा रहा? सो जे मोदी साहब पहला ये चीज़ा सी सपेरियां दा देश सी, पर इंडिया दीयां गऊआं बारे हुण ये हो गया कि दुनिया दीयां गावां दुध दिंदियां ने ते भारत दीयां गावां वोटां दिंदियां ने। ये नवा सिरा भी तुहाडे करके ही वजिया जा रहा ना कि भारत जिहड़ा हैगा भारत दीयां गावां वोटां दिंदियां ने, इस पासे तुसीं किवें अपना बचा करोगे? सो ये ट्रेंड चेंज नहीं होए, हालात अजे भी उत्थे खड़े आ। धर्म मजहब के नाँ ते लोकां नूं वरगला के जिहड़ा कारोबारी घराने ने वो अपनी दौलत दे अंबारां नूं होर वधा रहे ने। धर्म का पत्ता कदे पंजाब दे विच पंथक पार्टियां दे नाँ ते, सिक्खी दे नाँ ते, हिंदूइज़म दे नाँ ते, मुस्लिमिज़म दे नाँ ते, ये धर्मां दे नाँ ते पत्ता खेड के देश नूं बर्बाद करन दी जिहड़ी स्थिति है वो बहुत इस वारी वध गई है। अज राष्ट्रवाद दे नाँ ते इलैक्शन लड़ी जा रही है, ये राष्ट्रवाद नहीं, ये आम जिहड़ा हैगा अपना निजी वफाद है। तुसीं ऑन एयर हो जी, सत श्रीकाल जी, टीवी की आवाज़ बंद कर दिओ प्लीज़। अमरजीत सिंह जुड़े ने जगदीप कौर न्यूजीलैंड तो, जस्सी तुगलवाला जी तुसी ऑन एयर हो। हैलो भाजी, टीवी की आवाज़ बंद करके गल करो। अगले कॉलर जी, बलविंदर सिंह उन्होंने कटाक्ष किया, कहिंदे जी लंबी हलके च बीबियां लड़ रही सी, एक कहिंदी तुहाडे घरे बादल आ जावे, दूजी कहिंदी तुहाडे घर भी वारी वारी आवे। लंघदे राही ने पूछा कि की गल हो रही है, किसी ने दस्या कि बादल मरियां दे घर आउंदे ने, तुहाडे एक मरिया तां तुहाडे जावे, दूजी कहिंदी तुहाडे जावे। बिल्कुल जिस तरह बादल साहब 37 दिनों के दौरान 40 पिंडां च गए ने, 400 लोगों के घर गए ने, 15-20 गड्डियां का काफिला, इनू लोग मरगत वाला काफिला भी कहन लग पे ने, कटाक्ष भी कर ला। मैं बिल्कुल देखो सियासतदानों जड़ा हैगा सोचना ये चाहिए। देखो लगता तो अच्छा कि कोई अफसोस प्रगट करना आए, पर मुख्यमंत्री दे अहुदे तो लांभे होंदे ही बादल साहब ने सालक तो एक वायद विढ़ी है कि वह अपने इलाके के लोगों के जिथे मरगतां होईयां ने उन्हां दे घरे जाके महसूस प्रगट करके आउंदे आ, जिन्हों अगे पहलां आपां महसूस कहिंदे सीगे, महसूस ते आए बादल साहब। ਤੁਸੀਂ ਆਉਣਾ ਰਹੋ ਜੀ, ਸਤਿ ਸ਼੍ਰੀ ਅਕਾਲ ਜੀ। ਮਹਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂ ਜੀ, ਕਹਿਣਾ ਤਾਂ ਇਹ ਹੈ ਜੀ, ਤੁਸੀਂ ਤੁਸੀਂ ਦੇਖੋ ਕਿ ਸਰਕਾਰ ਕਹਿੰਦੀ ਹੈ ਕਿ 70 ਲੱਖ ਰੁਪਈਆ ਤੁਸੀਂ ਖਰਚ ਸਕਦੇ ਹੋ, ਇਹ ਤੋਂ ਜ਼ਿਆਦਾ ਨਹੀਂ ਇਲੈਕਸ਼ਨ ਦੇ ਉੱਤੇ ਜੀ। ਜੇ 70 ਲੱਖ ਰੁਪਈਆ ਖਰਚ ਦੇਣਾ 5 ਸਾਲਾਂ 'ਚ, ਉਹਨੂੰ ਮਾਲੀ ਕੌਰੀਆ ਹੋਇਆ ਜੀ, ਕੋਈ ਸੇਵਾ ਕਰੇ ਲੋਕਾਂ ਦੀ, ਹੋਣਾ ਤਾਂ ਇਹ ਚਾਹੀਦਾ ਵੀ ਉਹ ਤਾਂ ਸਿੱਧਾ ਸਿੱਧਾ ਬਿਜ਼ਨਸ ਆ, ਜਿਹਨੇ 70 ਲੱਖ ਖਰਚ ਦੇਣਾ ਉਹ ਘੱਟੋ ਘੱਟ 5 ਸਾਲਾਂ 'ਚ 5-4 ਕਰੋੜ ਤਾਂ ਕਮਾਊਗਾ ਜੀ। ਉਹਨਾਂ ਦਾ ਇਹ ਚਾਹੀਦਾ ਤੇ ਇਲੈਕਸ਼ਨ ਕਮਿਸ਼ਨ ਸਰਕਾਰ ਨੂੰ ਇਹ ਚਾਹੀਦਾ ਵੀ ਜਿਹਨ ਵੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਲੜਨਾ ਉਹ ਸਾਇਲੈਂਟ ਹੋਣਾ ਚਾਹੀਦਾ, ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ, ਪੈਸੇ ਦੇ ਹੋਣੀ ਪਾਬੰਦੀ ਚਾਹੀਦੀ ਹੈ ਜੀ, ਫਿਰ ਇੱਕ ਤੱਕ ਕੌਣ ਜਿੱਤਦਾ ਕਿੱਦਾਂ ਜਿੱਤਦਾ, ਫਿਰ ਲੋਕਾਂ ਦੇ ਘਰ ਤੱਕ ਘੁੰਮੂਗੇ, ਫਿਰ ਲੋਕਾਂ ਨਾਲ ਸਿੱਧਾ ਸੰਪਰਕ ਕਰੂਗੇ, ਤਾਂ ਫਿਰ ਕੋਈ ਮਰਜ਼ੀ ਸੁਧਾਰ ਹੋ ਸਕਦਾ ਜੀ। ਨਹੀਂ ਤਾਂ ਮਤਲਬ ਕਿ ਕੋਈ ਕਿਸੇ ਦੀ ਸੁਣਦਾ ਰੈਲੀਏ, 20 ਪਿੰਡਾਂ ਜੇਕਰ ਰੈਲੀ ਇੱਕ ਜਗ੍ਹਾ ਰੈਲੀ ਕਰ ਦਿੰਦੇ ਆ, ਉੱਥੇ ਦੁਨੀਆ ਜਿਹੜੇ ਲੀਡਰ ਹੁੰਦੇ ਪਿੰਡਾਂ ਦੇ, ਕਿਸੇ ਨੂੰ ਕੋਈ ਪਤਾ ਨੀ, ਸੌ ਨੀ ਹੈਗਾ, ਲੋਕ ਕਰਦੇ ਆ, ਪਤਾ ਤਾਂ ਉਦੋਂ ਲੱਗੇ ਜਦੋਂ ਪਿੰਡਾਂ ਦੇ ਵਿੱਚ ਸਿੱਧਾ ਆ ਗਿਆ ਇਹ ਖਰਚੇ ਤੇ ਪਾਬੰਦੀ ਹੋਵੇ, ਤੇ ਫਿਰ ਇਹ ਲੋਕਾਂ ਦੇ ਘਰ ਹੀ ਘੁੰਮਣ, ਇਹ ਜਿਹੜੀਆਂ ਰੈਲੀਆਂ ਦਾ ਪੋਸਟਰ ਵਗੈਰਾ ਜਿੱਤ ਕਰਦੇ ਆ ਨਾ, ਇਹ ਪਾਬੰਦੀ ਹੋਣੀ ਚਾਹੀਦੀ ਹੈ ਜੀ, ਤੇ ਲੀਡਰ ਸਿੱਧਾ ਸੰਪਰਕ ਕਰੂਗੇ ਲੋਕਾਂ ਨਾਲ। ਮਿਹਰਬਾਨੀ, ਦੇਖੋ 70 ਲੱਖ ਰਾਸ਼ੀ ਖਰਚ ਸਕਦਾ ਪਰ 70 ਨਾਲ ਬਣਦਾ ਕੁਛ ਨਹੀਂ, ਜਿਹੜੇ ਜਿੱਤਣ ਦੇ ਵਾਲੇ ਅਮੀਰ ਨੇ ਜਾਂ ਸਿਆਸਤਦਾਨ ਜਿੱਤ ਦੇ ਨੇੜੇ, ਉਹਨਾਂ ਨੂੰ ਤਾਂ ਮੇਰੇ ਖਿਆਲ 2-3 ਕਰੋੜ ਰੁਪਈਆ ਘੱਟੋ ਘੱਟ ਖਰਚਣਾ ਪੈ ਸਕਦਾ। ਅੱਜ ਵੀ ਮੈਂ ਉਹਦਿਆਂ ਸੋਚਦਾ ਸੀਗਾ ਕਿ ਡਾਕਟਰ ਗਾਂਧੀ ਜਾਂ ਹੋਰ ਲੋਕ ਜਿਹੜੇ ਇਲੈਕਸ਼ਨ ਲੜ ਰਹੇ ਨੇ, ਪਿਛਲੀ ਵਾਰੀ ਤਾਂ ਪਾਰਟੀ ਫੰਡ ਬਹੁਤ ਆਇਆ, ਇਸ ਵਾਰੀ ਇਹਨਾਂ ਨੂੰ ਵੀ ਫੰਡ ਬਹੁਤ ਘੱਟ ਮਿਲਿਆ। ਪਿਛਲੀ ਵਾਰੀ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੇ ਪੈਸਾ ਬਚਾਇਆ, ਅਕਾਲੀ ਦਲ 'ਚ ਵੀ 1-2 ਕੈਂਡੀਡੇਟ ਨੇ ਜਿਹੜੇ ਹੁਣ ਵੀ ਚੋਣ ਲੜ ਰਹੇ ਨੇ, ਉਹਨਾਂ ਦੇ ਬਾਰੇ ਵੀ ਇਹ ਸਪਸ਼ਟ ਹੈ ਕਿ ਉਹ ਇਲੈਕਸ਼ਨ ਜਿੱਤਣ ਦੇ ਲਈ ਨਹੀਂ, ਖੜਨ ਦੇ ਲਈ ਉਹ ਲੜਦੇ ਨੇ, 1-2 ਵਾਰੀ ਜਿੱਤ ਵੀ ਗਏ ਨੇ, ਉਹ ਵੀ ਕਮਾਈ ਬਹੁਤ ਜ਼ਿਆਦਾ ਕਰ ਜਾਂਦੇ ਨੇ ਪਾਰਟੀ ਫੰਡ ਦੇ ਨਾਂ 'ਤੇ, ਉਹਨਾਂ ਨੂੰ ਪੈਸਾ ਇੰਨਾ ਬਣ ਜਾਂਦਾ ਕਿ ਵਾਰੇ ਨਿਆਰੇ ਹੋ ਜਾਂਦੇ ਨੇ। ਤੁਸੀਂ ਆਉਣੇ ਰਹੋ ਜੀ। ਸੁਖਜਿੰਦਰ ਸਿੱਧੂ ਹੋਰਾਂ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਇਸ ਵਾਰੀ ਚਿਹਰਿਆਂ ਦੀ ਸਿਆਸਤ ਜ਼ਿਆਦਾ ਭਰੂ ਹੈ। ਬਿਲਕੁਲ, ਸਨੀ ਦਿਓਲ ਹੈ
ਅਤੇ ਈਵਨ ਬੀਬੀ ਖਾਲੜਾ ਵੀ ਹੈ, ਉਹ ਵੀ ਪਰਸਨੈਲਿਟੀ ਦੇ ਨਾਂ 'ਤੇ ਵੋਟ ਪੈ ਰਹੀ ਹੈ, ਉਹਨਾਂ ਦੇ ਕੰਮ ਦੇ ਨਾਂ 'ਤੇ। ਈਵਨ ਇਸ ਵਾਰੀ ਜਿਹੜਾ ਫੇਸ ਹੈ ਉਹ ਜ਼ਿਆਦਾ ਦਿਖ ਰਿਹਾ, ਵਿਕ ਰਿਹਾ ਸਿਆਸਤ ਦੇ ਵਿੱਚ। ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਟੋਣਾ ਸਾਹਿਬ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਹਾਂ ਟੋਣਾ ਸਾਹਿਬ, ਅੱਜ ਤਾਂ ਤੁਹਾਡੇ ਮਹੱਲੇ ਵਿੱਚ ਜੀ ਵੀ ਰਸਤਾ ਨਹੀਂ ਮਿਲਿਆ, ਫਿਰ ਆਪਦੇ ਘਰੋਂ ਹੀ ਆਉਣਾ ਪਿਆ। ਅੱਛਾ। ਹਾਂਜੀ ਟੋਣਾ ਸਾਹਿਬ, ਟੋਣਾ ਸਾਹਿਬ ਦਰਅਸਲ ਗੱਲ ਇਹ ਹੈ ਕਿ ਤੁਸੀਂ ਦੇਖੋ ਕਿ ਜਿਹੜਾ ਇਹ ਐਤਕੀ ਦਫ਼ਾ ਦਾ ਇਲੈਕਸ਼ਨ ਆ ਨਾ, ਇਹ ਟੋਟਲੀ ਦੂਜਿਆਂ ਦੇ ਨਾਲੋਂ ਜਾਂ ਜਿਹੜਾ ਦੋ ਢਾਈ ਸਾਲ ਪਹਿਲਾਂ ਹੋਇਆ ਉਹਦੇ ਨਾਲੋਂ ਵੀ ਇਹ ਟੋਟਲੀ ਡਿਫਰੈਂਟ ਨਜ਼ਰ ਆ ਰਿਹਾ, ਕਿਉਂਕਿ ਜਿਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਕਾਨੂੰਨ ਆ ਉਹ ਸਿੱਕੇ ਟੰਗਿਆ ਜਾ ਰਿਹਾ। ਔਰ ਜੇ ਇਹ ਚੀਜ਼ ਸਾਬਤ ਹੁੰਦੀ ਆ ਹਰ ਇੱਕ ਗੱਲ ਸੁਣਨ ਵਾਲੇ ਨੂੰ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਜਿਹਦੀ ਕੋਲ ਸੈਂਟਰ ਦੀ ਸਰਕਾਰ ਆ ਉਹਦੇ ਆਖੇ ਕਰਦਾ ਜੋ ਕੁਛ ਕਰਦਾ। ਔਰ ਦੂਸਰੀ ਗੱਲ ਹੈ ਕਿ ਜਿਹੜੀ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਇਸ ਸਾਈਡ ਦੀਆਂ ਜਿਹੜੀਆਂ ਸੂਚਨਾਵਾਂ ਨਾ ਉਹ ਇਹ ਹੈਗੀਆਂ ਕਿ ਹਰ ਇੱਕ ਪਾਰਟੀ ਨੂੰ ਇੱਧਰ ਟ੍ਰਬਲ ਮਿਲ ਰਿਹਾ, ਜਿਸ ਤਰ੍ਹਾਂ ਕਿ ਪ੍ਰੋਫੈਸਰ ਨੂੰ ਸਾਧੂ ਸਿੰਘ ਨੂੰ ਵੀ ਮਿਲਿਆ ਟ੍ਰਬਲ, ਸਦੀਕ ਨੂੰ ਵੀ ਮਿਲ ਰਿਹਾ। ਔਰ ਫਿਰੋਜ਼ਪੁਰ ਦੇ ਵਿੱਚ ਤਾਂ ਪਤਾ ਨਹੀਂ, ਇਹ ਮੀਡੀਆ ਨੇ ਗੱਲ ਉਠਾਈ ਆ ਕਿ ਦੋਨੇ ਧਿਰਾਂ ਆਪਸੀ ਦੀ ਡਾਂਗੋ ਡਾਂਗੀ ਹੋਈਆਂ, ਪਰ ਇਹ ਨਹੀਂ ਪਤਾ ਵੀ ਉਹ ਡਾਂਗਾਂ ਤਾਂ ਚੱਕ ਹੀ ਥਾਂ ਕਰ ਲਈਆਂ ਕਿ ਕਿਸੇ ਦੇ ਮੋਢੇ ਤੱਕ ਗਈ ਹੈ। ਇਸ ਗੱਲ ਦਾ ਇੱਥੇ ਮੈਨੂੰ ਅੱਜ ਮੀਡੀਆ ਕਾਫੀ ਫਰੋਲਿਆ, ਮੈਨੂੰ ਪਤਾ ਨਹੀਂ ਲੱਗਿਆ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਕੈਂਡੀਡੇਟ ਆ ਨਾ ਉਹ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਕਿਸੇ ਦੇ ਵਾਰੰਟ ਨਿਕਲੇ ਆ, ਕਿਸੇ ਦੇ ਕੇਸ ਆ, ਕਿਸੇ ਦੇ ਕੁਛ ਵੀ ਆ, ਉਹ ਸਾਰੇ ਐਕਸੈਪਟੇਬਲ ਆ, ਗਾਹਾਂ 'ਚ ਵੀ ਇਹ ਰਹਿਣਗੇ। ਇਸ ਕਰਕੇ ਜਿਹੜੀ ਇੱਕ ਜਿਹੜੀ ਚੀਜ਼ ਆ ਨਾ ਉਹ ਇਹ ਆ ਕਿ ਜਾਗੀ ਆ, ਜਨਤਾ ਜਾਗੀ ਆ, ਜਨਤਾ ਹੁਣ ਚਾਹੇ ਉਹ ਮੁੱਖ ਮੰਤਰੀ ਆ, ਚਾਹੇ ਉਪ ਮੁੱਖ ਮੰਤਰੀ ਆ, ਕਾਂਗਰਸ ਦਾ ਕੋਈ MLA ਮਿਨਿਸਟਰ ਆ, ਹੁਣ ਇਹ ਪੁੱਛਦੇ ਆ ਵੀ ਪਹਿਲਾਂ ਹਾਂ ਦੋ ਢਾਈਆਂ ਸਾਲ ਤੇ ਫਿਰ ਗਾਹ ਕਰ ਲਾਂਗੇ। ਅੱਜ ਕੈਪਟਨ ਸਾਹਿਬ ਕਹੇਗੇ ਕਿ ਬੜੇ ਵਧੀਆ ਡਿਮਾਂਡ ਕੀਤੇ ਆ, ਮੈਂ ਨਹੀਂ ਚਾਹੁੰਦਾ ਵੀ ਆਪਦੇ ਬੱਚਿਆਂ ਦੀ ਫੋਨ ਦੇਵਾਂ, ਪਰ ਲੋਕ ਜਾਣਦੇ ਆ ਕਿ ਨਹੀਂ। ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਸੁਧਾਰ ਆਇਆ, ਔਰ ਇਹ ਸੁਧਾਰ ਨੇ ਨੇਤਾਵਾਂ ਦੀਆਂ ਜਿਹੜੀਆਂ ਨੀਂਦਾਂ ਹੈਗੀਆਂ ਉਹ ਉਡਾ ਕੇ ਰੱਖੀਆਂ। ਅੱਜ ਆਪਾਂ ਇਹ ਕੁਛ ਨਹੀਂ ਕਰ ਸਕਦੇ, ਇੱਕ ਮੈਂ ਤੁਸੀਂ ਲੋਕਲ ਹੱਥ ਤੋਂ ਜਿਹੜਾ ਮੁਕਾਬਲਾ ਹੈਗਾ ਗਾਂਧੀ ਤੇ ਮਹਾਰਾਣੀ ਦੇ ਵਿੱਚ ਕਾਫੀ ਦੇਖਿਆ ਉਸਨੂੰ ਅੱਜ, ਤੇ ਉਹ ਕੁਛ ਕਹਿ ਨਹੀਂ ਸਕਦੇ ਗੇ। ਕੇਜਰੀਵਾਲ ਨੇ ਕਹਾ ਕਿ ਨਵਾਂ ਸਿਸਟਮ ਚਲਾਇਆ ਤਾਂ ਇੱਕ ਬੀਬੀ ਦੀਦੀ ਹੈ ਜਿਸ ਤਰ੍ਹਾਂ ਉਹ ਖਾ ਰਿਹਾ। ਤੁਹਾਡਾ ਜਿਹੜਾ ਹੈਗਾ ਆਵਾਜ਼ ਟੁੱਟ ਰਹੀ ਹੈ ਸ਼ਰਮਾ ਸਾਹਿਬ, ਪਿੱਛੋਂ ਮੈਂ ਸਮਝ ਨਹੀਂ ਆਇਆ ਤੁਸੀਂ ਕੀ ਗੱਲ ਕੀਤੀ ਹੈ। ਲੱਖਾ ਭੁੱਲਰ ਕਹਿੰਦੇ ਜੀ ਸਵਾਦ ਦੇ ਮੁਹਾਰੇ ਲਾਹੌਰ ਪਹੁੰਚੇ ਆ, ਇਕਬਾਲ ਜੀ ਜੁੜੇ ਨੇ ਅਤੇ ਅਮਰੀਕ ਸਿੰਘ ਜੁੜੇ ਨੇ, ਦਲਜੀਤ ਘੁੰਮਣ, ਕਮਲ ਬੈਂਸ ਸਾਹਿਬ ਨੇ, ਜੱਸੀ ਤੁਗਲਵਾਲਾ ਕਹਿੰਦੇ ਜੀ ਡਾਕਟਰ ਗਾਂਧੀ ਅਤੇ ਬੀਬੀ ਖਾਲੜਾ 'ਤੇ ਵੀ ਕੋਈ ਕੇਸ ਹੈ? ਨਹੀਂ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਨਹੀਂ ਹੈ। ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗਿਆਸਪੁਰਾ ਜਾਂ ਬੈਂਸ 'ਤੇ ਵੀ ਪਰਚੇ ਸਿਆਸਤ ਤੋਂ ਪ੍ਰੇਰਿਤ ਨੇ, ਇਹਨਾਂ ਪਰਚਿਆਂ ਬਾਰੇ ਸੋਚਣਾ ਚਾਹੀਦਾ ਕਿ ਸਿਆਸਤ ਤੋਂ ਪ੍ਰੇਰਿਤ ਨੇ ਜਾਂ ਕੋਈ ਘਪਲੇਬਾਜ਼ੀ ਜਾਂ ਕਿਸੇ ਹੋਰ ਜ਼ੁਰਮ ਕਾਰਨ ਹੋਇਆ। ਅਮਰਿੰਦਰ ਟਿਵਾਣਾ ਕਹਿੰਦੇ ਜਿਹੜੇ ਲੋਕ ਅਕਸ਼ੇ ਜਾਂ ਸਨੀ ਦਿਓਲ ਜਾਂ ਗੋਦੀ ਮੀਡੀਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਬਰਬਾਦੀ ਵਾਲੇ ਰਾਹ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕੋਈ ਵਿਕਾਸ ਨਾ ਆਉਣਾ, ਮੁਲਕ ਦੇ ਰਾਜਨੇਤਾ ਦੀਆਂ ਗਲਤੀਆਂ ਨੂੰ ਸਹੀ ਦੱਸਣਾ, ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਦੇ ਨਾਂ 'ਤੇ ਅੱਗ ਬੁਝਾਉਣ ਵਾਲੀਆਂ ਦਾ ਨਹੀਂ ਸਗੋਂ ਅੱਗ ਲਾਉਣ ਵਾਲਿਆਂ ਦਾ ਨਾਂ ਸ਼ਾਮਲ ਹੋਏਗਾ। ਬਿਲਕੁਲ ਜੀ, ਜੇ ਇਸ ਤਰ੍ਹਾਂ ਦੀ ਲੋਕਤੰਤਰ ਦੀ ਲੜਾਈ ਦੇ ਵਿੱਚ ਕੋਈ ਮੀਡੀਆ ਜਾਂ ਕੋਈ ਜਰਨਲਿਸਟ ਉਹਨਾਂ ਦੀ ਪੌੜੀ ਬਣਦਾ ਤਾਂ ਫਿਰ ਉਹ ਘੋੜੀ ਮੀਡੀਆ ਹੀ ਗਿਣਿਆ ਜਾਵੇਗਾ। ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਬੇਨਤੀ ਕਰਨਾ ਚਾਹੁੰਦਾ ਜੀ, ਜਿਹੜਾ ਤੁਹਾਡੇ ਮਾਧੀ ਮੇਰਾ ਜੀ ਜੀ ਕੁੜੀ ਮਾਰ ਤੇ ਨੜੀ ਮਾਰ ਨੂੰ ਤਾਂ ਬੋਲਣਾ ਜੀ ਹੁਣ ਜੀ। ਦੂਸਰੀ ਬੇਨਤੀ, ਇੱਕਦਮ ਤੁਹਾਨੂੰ ਬੇਨਤੀ ਕੀਤੀ ਸੀ ਸਰ, ਡਾਕਟਰ ਸੁਖਜੀਤ ਸਿੰਘ ਉਦੋਕੇ ਬਹੁਤ ਵੱਡੇ ਵਿਦਵਾਨ ਨੇ, ਹਰ ਇੱਕ ਵਿਸ਼ੇ ਤੇ ਬਹੁਤ ਹੀ ਡੀਪ ਲੈ ਜਾਂਦੇ ਨੇ, ਉਹਨਾਂ ਨਾਲ ਜ਼ਰੂਰ ਇੰਟਰਵਿਊ ਕਿਤੇ ਸਮਾਂ ਰੱਖ ਕਰੋ। ਹਾਂ ਬਿਲਕੁਲ ਜੀ, ਕੋਈ ਨਹੀਂ, ਮੈਂ ਮੈਨੇਜਮੈਂਟ ਨੂੰ ਸਾਡੇ ਜਿਹੜੇ ਹੈ ਉਹਨਾਂ ਨੂੰ ਜ਼ਰੂਰ ਤੁਹਾਡਾ ਇਹ ਮੈਸੇਜ ਕਨਵੇ ਕਰਾਂਗਾ। ਵੈਸੇ ਸਾਰੇ ਸੁਣ ਹੀ ਰਹਿੰਦੇ ਨੇ, ਕੋਸ਼ਿਸ਼ ਕਰਾਂਗੇ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਇਸ ਤਰ੍ਹਾਂ ਦੇ ਮਾਮਲੇ ਨੇ ਉਹਨਾਂ 'ਤੇ ਵੀ ਗੱਲਬਾਤ ਕੀਤੀ ਜਾਵੇ। ਰਣਜੀਤ ਸਿੰਘ ਖੋਸਾ ਜੀ ਜੁੜੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਐ ਤੁਸੀਂ ਆਨਰ ਹੋ ਜੀ। ਹੈਲੋ, ਬਲਵੀਰ ਸਿੰਘ ਕੰਢੀ ਇਲਾਕੇ ਤੋਂ ਬੋਲਦਾ ਜੀ। ਬਲਵੀਰ ਸਿੰਘ ਜੀ, ਕਿਸ ਤਰ੍ਹਾਂ ਦੇ ਹਾਲਾਤ ਨੇ ਸਿਆਸੀ ਤੁਹਾਡੇ? ਸਿਆਸੀ ਸਾਡੇ ਹਾਲਾਤ ਕੀ ਹੈ, ਇਹਨਾਂ ਦੇ ਹਾਲਾਤ ਕੀ ਆ, ਪੱਗਾਂ ਦੇ ਰੰਗ 'ਚ ਚਿੱਟੀਆਂ ਪੱਗਾਂ ਵਾਲੇ ਨੇ ਨੀਲੀਆਂ ਬੰਨ ਲਈਆਂ, ਨੀਲੀਆਂ ਵਾਲੇ ਨੇ ਚਿੱਟੀਆਂ ਬੰਨ ਲਈਆਂ, ਕੁਛ ਬਦਲਿਆ ਨਹੀਂ ਹੈ। ਨੇਤਾ ਉਹੀ ਹੈ, ਸਾਨੂੰ ਦੁਨੀਆਂ ਨੂੰ ਬੇਵਕੂਫ ਬਣਾਉਂਦੇ ਆ, ਅਸੀਂ ਬੇਵਕੂਫ ਬਣੀ ਜਾਂਦੇ ਹਾਂ ਜੀ, ਹੋਰ ਕੁਛ ਨਹੀਂ ਹੈ ਜੀ।
ਅਸੀਂ ਬਿਲਕੁਲ ਉਹਨੇ ਪਿੰਡਾਂ ਦੀ ਤਰ੍ਹਾਂ ਸੀ, ਪਿੰਡ ਦੀ ਤਰ੍ਹਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਫੈਂ ਡਿੱਗੀ ਜਾਂਦੇ ਹਾਂ ਜੀ। ਮਿਹਰਬਾਨੀ ਕੁਝ ਨਹੀਂ ਕਰਨਾ ਕਿਸੇ। ਮਿਹਰਬਾਨੀ ਬਲਵੀਰ ਸਿੰਘ ਜੀ, ਜਨਤਾ ਨੂੰ ਸੁਚੇਤ ਹੋਣਾ ਚਾਹੀਦਾ ਹੈ, ਦੇਖ ਕੇ ਨੇਤਾ ਨੇ ਜਿਹੜੇ ਚੁਣਨੇ ਚਾਹੀਦੇ ਨੇ, ਜਿੱਤੇ ਚਾਹੇ ਹਾਰੇ ਪਰ ਬੰਦਾ ਚੰਗਾ ਚੁਣਨਾ ਚਾਹੀਦਾ। ਨੇਤਾ ਵੀ ਇਸ ਮਾਮਲੇ ਦੇ ਵਿੱਚ ਕਮਲੇ ਹੋਏ ਪਏ ਨੇ, ਉਲਝੇ ਪਏ ਨੇ, ਅਤੇ ਨੀਨਾ ਮਿੱਤਲ ਹੋਰਾਂ ਨੇ ਆਪਣੇ ਇਲਾਕੇ 'ਚ ਪਟਿਆਲਾ ਲੋਕ ਸਭਾ 'ਚ ਪ੍ਰਚਾਰ ਕਰਨ ਦੀ ਬਜਾਏ ਉਹ ਸੰਗਰੂਰ ਲੋਕ ਸਭਾ ਹਲਕੇ 'ਚ ਵੋਟਾਂ ਮੰਗਣ ਚਲੇ ਗਏ ਇਸ ਵਾਰੀ। ਨੀਨਾ ਮਿੱਤਲ ਰਾਜਪੁਰੇ ਤੋਂ ਕਾਰੋਬਾਰੀ ਹੈ ਆਮ ਆਦਮੀ ਪਾਰਟੀ ਦੀ, ਜੋ ਡਾਕਟਰ ਗਾਂਧੀ ਹੋਰਾਂ ਦੇ ਖਿਲਾਫ ਖੜ੍ਹੇ ਨੇ ਪਟਿਆਲਾ ਤੋਂ। ਉਹ ਜਾਣਾ ਸੀ ਉਹਨਾਂ ਨੇ ਖੇੜੀ ਨਾਗਰੀਆਂ, ਪਹੁੰਚ ਕੇ ਖੇੜੀ ਸਾਈਆਂ, ਉੱਥੇ ਜਾ ਕੇ ਵੋਟਾਂ ਮੰਗੀ ਗਈ, ਜਦੋਂ ਪਤਾ ਲੱਗਿਆ ਕਿ ਤਾਂ ਹਲਕਾ ਆਪਣਾ ਹੀ ਨਹੀਂ। ਪਹਿਲਾਂ ਕੈਪਟਨ ਅਮਰਿੰਦਰ ਦਾ ਬੇਟਾ ਰਾਣੇਂਦਰ ਵੀ ਇੱਦਾਂ ਹੋਰ ਇਲਾਕੇ 'ਚ ਪ੍ਰਚਾਰ ਕਰਿਆ ਸੀਗਾ, ਬਾਅਦ 'ਚ ਅਹਿਸਾਸ ਹੋਇਆ। ਮਤਲਬ ਕਈ ਵਾਰੀ ਤਾਂ ਸਿਆਸਤਦਾਨਾਂ ਦਾ ਇਹ ਹੁੰਦਾ ਕਿ ਛੱਡਿਆ ਮੱਝ ਥੱਲੇ ਜਾਵੜਿਆ ਝੋਟੇ ਥੱਲੇ, ਇੱਦਾਂ ਦਾ ਵੀ ਕੰਮ ਹੁੰਦਾ, ਉਲਝੇ ਪਏ ਨੇ, ਪਤਾ ਨਹੀਂ ਇਹਨਾਂ ਨੂੰ ਬੋਲਾ ਖਿੱਚੀ ਫਿਰਦਾ, ਅੱਜ ਇੱਧਰ ਨੂੰ ਇਹਨਾਂ ਦੇ ਪਾਛੂ ਲੈ ਜਾਂਦੇ ਨੇ, ਉੱਧਰ ਨੂੰ ਇਹ ਨੇਤਾ ਤੁਰ ਜਾਂਦੇ ਨੇ। ਤੁਸੀਂ ਆਉਂਦੇ ਰਹੋ, ਇਹਦਾ ਮਤਲਬ ਤੁਸੀਂ ਸਮਝੋ ਕਿ ਇਹ ਆਪਣੇ ਇਲਾਕੇ ਦੇ ਬਾਰੇ ਇੰਨੇ ਨੋਬੜ ਨੇ। ਸਨੀ ਦਿਓਲ ਹੈ, ਉਹਨੂੰ ਮੁੱਦਿਆਂ ਬਾਰੇ ਕੋਈ ਨਹੀਂ ਪਤਾ, ਸਿਰਫ ਫੇਸ ਹੈ ਵਿਕ ਰਿਹਾ। ਤੁਸੀਂ ਆਉਂਦੇ ਰਹੋ ਜੀ। ਹੈਲੋ, ਤੁਸੀਂ ਆਉਂਦੇ ਰਹੋ ਜੀ। ਇੰਜੀਨੀਅਰ ਕੁਲਵੀਰ ਸਿੰਘ ਜੁੜੇ ਨੇ ਜੀ, ਅਗਲਾ ਕਾਲਰ ਲਵਾਂਗੇ ਆਪਾਂ। ਕਹਿੰਦੇ ਜੀ, ਕਿਸੇ ਪਾਰਟੀ ਵਿੱਚ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ, ਮੁੱਕ ਚੁੱਕਿਆ, ਹੁਣ ਲੋਕਾਂ ਕੋਲ ਨੋਟਾਂ ਦੀ ਬਜਾਏ ਨੋਟਾ ਹੀ ਹੈ, ਇੱਕੋ ਬਦਲ ਰਹਿ ਗਿਆ। ਮੀਣਵਾ ਜਿਹੜਾ ਪਿੰਡ ਹੈ ਜਿੱਥੇ ਸਾਰੇ ਵੋਟਰਾਂ ਨੇ ਫੈਸਲਾ ਕੀਤਾ ਕਿ ਆਪਾਂ ਵੋਟ ਨਹੀਂ ਪਾਉਣੀ, ਨੋਟਾ ਦੱਬਣਾ, ਸੋ ਕਹਿੰਦੇ ਮੀਣਵਾ ਵਾਲੇ ਸਾਡੇ ਪਿੰਡਾਂ ਦੇ ਗੁਆਂਢੀਆਂ ਨੇ ਵਧੀਆ ਫੈਸਲਾ ਕੀਤਾ, ਬਾਕੀ ਲੋਕਾਂ ਨੂੰ ਵੀ ਇੱਕ ਵਾਰ ਨੋਟਾ ਜ਼ਰੂਰ ਅਜਮਾ ਕੇ ਦੇਖਣਾ ਚਾਹੀਦਾ। ਬਿਲਕੁਲ, ਇਹ ਸ਼ਾਇਦ ਕਰਾਰੀ 'ਚ ਪੇੜ ਹੈ, ਕਿਉਂਕਿ ਬੀਜੇਪੀ ਨੋਟਾਂ ਤੋਂ ਬੜੀ ਤਰਬਕਦੀ ਹੈ। ਇਹ ਜਿਹੜੀਆਂ ਪੰਜ ਸੂਬਿਆਂ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਹਰੀ ਹੈ, ਉਹਦਾ ਕਾਰਨ ਇਹ ਹੈ ਕਿ ਜਿੰਨੀਆਂ ਕੁ ਵੋਟਾਂ ਇਹਨਾਂ ਨੂੰ ਘੱਟ ਪਈਆਂ ਨੇ, ਉਦੋਂ ਵੱਧ ਨੋਟਾਂ ਨੂੰ ਪੈ ਗਈਆਂ। ਸੋ ਬੀਜੇਪੀ ਦੀ ਇੱਕ ਗੁਪਤ ਕੰਪੇਨ ਵੀ ਹੈ ਕਿ ਲੋਕਾਂ ਨੂੰ ਮਨਾਇਆ ਜਾਵੇ ਕਿ ਵੋਟ ਪਾਓ, ਨੋਟਾਂ ਨਾ ਦਵਾਓ। ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਰ, ਇੱਕ ਛੋਟੀ ਜਿਹੀ ਗੱਲ ਕਰਨੀ ਸੀ। ਜੀ ਕਰੋ ਜੀ ਕਰੋ। ਹਾਂਜੀ, ਬੇਨਤੀ ਹੈ ਵੀ ਲੋਕ ਮਾੜੇ ਮੋਟੇ ਤਾਂ ਸੁਚੇਤ ਹੋਣ ਨਾ, ਉੱਤਰ ਕਾਟੋ ਮੈਂ ਜਿਹੜਾ 70 ਸਾਲ ਦੇ ਛਿੱਤਰ ਖਾਂਦੇ ਆਉਂਦੇ ਨੇ, ਮਾੜੇ ਮੋਟੇ ਤਾਂ ਸੰਜੀਦਾ ਆਪਣੇ ਉਮੀਦਵਾਰ ਚੁਣ ਲਓ ਜੀ। ਹੁਣ ਡਾਕਟਰ ਗਾਂਧੀ ਜਾਂ ਬੀਬੀ ਖਾਲੜਾ ਜਾਂ ਖਹਿਰਾ ਸਾਹਿਬ ਵਰਗੇ ਹਾਰ ਗਏ ਤੇ ਲੋਕਾਂ ਦੇ ਫਿਰ ਤਕਦੀਰ ਕਿੱਥੋਂ ਪੱਟੀ ਜਾਣੀ? ਲੋਕਾਂ ਨੇ ਤਕਦੀਰ ਆਪਦੀ ਆਪ ਲੈਣੀ ਹੁੰਦੀ ਹੈ ਜੀ 50 ਸਾਲਾਂ ਬਾਅਦ। ਜੇ ਤਾਂ ਆਪਾਂ ਇਹ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਮਾੜਾ ਮੋਟਾ ਤਾਂ ਸੁਚੇਤ ਹੋ ਕੇ ਪਾਉਣ ਨਾ ਜੀ ਵੋਟ, ਮਾੜਾ ਜੇ ਇੱਕ ਦਿਨ ਹੀ 5 ਮਿੰਟ ਹੀ ਸੋਚਣ ਜੀ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਮਾੜਾ ਮੋਟਾ ਤਾਂ ਖੋਜੋ ਵੀ ਅਸੀਂ ਕਿਵੇਂ ਬਚਦੇ ਹਾਂ, ਕਿਵੇਂ ਮਰਦੇ ਹਾਂ, ਮਾੜਾ ਮੋਟਾ ਸੋਚ ਕੇ ਵੀਰ ਮੇਰੇ ਵੋਟ ਪਾਓ ਜੀ। ਧੰਨਵਾਦ ਧੰਨਵਾਦ। ਇਹ ਠੀਕ ਹੈ ਕਿ ਲੱਗਦਾ ਕਿ ਪਤਾ ਨਹੀਂ ਅਣਜਾਣ ਬੰਦੇ ਨੂੰ ਵੋਟ ਪਾਤੀ ਕੁਛ ਬਣੇ ਜਾਂ ਨਾ ਬਣੇ, ਪਰ ਤੁਸੀਂ ਆਪਣਾ ਫਰਜ਼ ਨਿਭਾਓ, ਅੱਗੇ ਤੇਰੇ ਭਾਗ ਬਚੀਏ। ਮੁੰਡਾ 25 ਪਿੰਡਾਂ ਦਾ ਪਟਵਾਰੀ, 25 ਦਾ ਨਹੀਂ 5 ਪਿੰਡਾਂ ਵਾਲਾ, ਤੁਸੀਂ ਬੰਦਾ ਚੁਣੋ ਅੱਗੇ, 25 ਦੇ ਭਾਗ ਨੇ ਲੋਕਤੰਤਰ ਰੂਪੀ ਸਿਆਸਤ ਦੇ ਕੇ ਉਹ ਸੁਖੀ ਵੱਸਦੀ ਹੈ ਜਾਂ ਨਹੀਂ। ਇਹਦੇ ਨਾਲ ਇੱਕ ਗੱਲ ਹੋਏਗੀ ਕਿ ਜੇ ਲੋਕ ਨੋਟਾਂ ਨੂੰ ਲਾਈਕ ਕਰਨ ਲੱਗ ਜਾਣ, ਇਹਨਾਂ ਦਾਗੀਆਂ ਨੂੰ ਰਿਜੈਕਟ ਕਰਨ ਲੱਗ ਜਾਣ, ਨਕਾਰਨ ਲੱਗ ਜਾਣ, ਤਾਂ ਪਾਰਟੀਆਂ ਨੀਤੀਆਂ ਬਣਾਉਣਗੀਆਂ, ਜਿਵੇਂ ਹੁਣ ਬਣਾ ਰਹੀਆਂ ਨੇ, ਬੀਜੇਪੀ ਬਣਾ ਰਹੀ ਹੈ, ਉਹਨਾਂ ਨੇ ਸਨੀ ਦਿਓਲ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਜਿਹੜੇ ਅੱਛੇ ਉਮੀਦਵਾਰ ਨੇ, ਬੀਬੀ ਖਾਲੜਾ ਵੀ ਦੇਖ ਲਓ ਕਿ ਹੁਣ ਕਿੰਨੇ ਸਾਲ ਹੋ ਗਏ ਨੇ ਕਿ ਪਹਿਲਾਂ ਕਿਸੇ ਪਾਰਟੀ ਨੇ ਸਾਰ ਲਿਆ, ਜਿਸ ਤਰ੍ਹਾਂ ਇਸ ਵਾਰੀ ਉਹਨਾਂ ਦੀ ਵੇਵ ਹੈ, ਜਿਤਨਾ ਹਾਰਨਾ ਉਹ ਬਾਅਦ ਦੀ ਗੱਲ ਹੈ, ਲੋਕ ਲਾਈਕ ਕਰ ਰਹੇ ਨੇ ਕਿ ਯਾਰ ਅੱਛਾ ਉਮੀਦਵਾਰ ਹੈ। ਇਸੇ ਦੌਰਾਨ ਜਿਹੜਾ ਹੈਗਾ, ਪਹਿਲਾਂ ਵੀ ਚੁਣੇ ਗਏ ਸੀਗੇ ਮੂਵਮੈਂਟ ਦੇ ਟਾਈਮ ਬਾਅਦ ਵੀ, ਸਿਮਰਨਜੀਤ ਮਾਨ ਹੈ, ਬਿਮਲ ਕੌਰ ਖਾਲਸਾ, ਧਿਆਨ ਸਿੰਘ ਮੰਡ ਆਦਿ ਲੋਕ ਚੁਣੇ ਗਏ ਸੀਗੇ, ਪਰ ਉਹ ਉਨੀ ਪਰਫੋਰਮੈਂਸ ਸਿਆਸੀ ਤੌਰ 'ਤੇ ਨਹੀਂ ਦਿਖਾ ਸਕੇ। ਇਹ ਵੀ ਇੱਕ ਲੋਕਾਂ ਨੂੰ ਸੱਟ ਬੈਗ ਲੱਗਿਆ ਕਿ ਭਾਵਨਾ ਦੇ ਵਿੱਚ ਆ ਕੇ ਉਮੀਦਵਾਰ ਚੁਣ ਲੈਣਾ ਕਿ ਯਾਰ ਇਹਨਾਂ ਨੂੰ ਜਿਤਾਓ। ਪਰ ਹੁਣ ਜੇ ਅੱਛੇ ਲੋਕ, ਉਹ ਤਾਂ ਚਲੋ ਮੂਵਮੈਂਟ ਦਾ ਅਸਰ ਸੀਗਾ, ਹੁਣ ਜੇ ਅੱਛੇ ਲੋਕ ਇਸ ਤਰ੍ਹਾਂ ਅੱਛੇ ਲੋਕਾਂ ਨੂੰ ਰਿਸਪੋਂਸ ਮਿਲੇ, ਉਹ ਕੁਛ ਪਰਸੈਂਟ ਵੋਟਾਂ ਲਿਜਾਣ, ਅਤੇ ਆਉਣ ਵਾਲੇ ਸਮੇਂ ਪਾਰਟੀਆਂ ਸੋਚਣਗੀਆਂ ਕਿ ਯਾਰ ਚੰਗੇ ਬੰਦੇ ਸਿਆਸਤ 'ਚ ਲਿਆਓ। ਜਰਨਲ ਜੇ ਸਿੰਘ ਦੀ ਇੱਕ ਮਿਸਾਲ ਹੈ, ਸਿਆਣੇ ਬੰਦੇ ਨੇ, ਸੋ ਭਾਵੇਂ ਉਹ ਜਿੱਤੇ ਨਹੀਂ ਪਟਿਆਲਾ ਤੋਂ ਜਾਂ ਖਡੂਰ ਸਾਹਿਬ ਤੋਂ ਪੇਪਰ ਵਾਪਸ ਲੈ ਗਏ ਨੇ, ਕਿਤੇ ਨਾ ਕਿਤੇ ਪਾਰਟੀਆਂ ਸੋਚਣ ਲੱਗੀਆਂ ਨੇ ਕਿ ਯਾਰ ਬੰਦੇ ਇਹਨੂੰ ਲੋਕ ਲਾਈਕ ਕਰਦੇ ਨੇ। ਜੇ ਇਸੇ ਤਰ੍ਹਾਂ ਲੁੱਚੇ ਲੰਡੇ ਜ਼ਿਆਦਾ ਆਉਣਗੇ ਨਾ ਜਿੱਤਣ ਵਾਲੇ ਉਮੀਦਵਾਰ, ਤਾਂ ਲੋਕਤੰਤਰ ਦਾ ਭੱਠਾ ਬੈਠੇਗਾ ਹੀ ਬੈਠੇਗਾ। ਸੋ ਇਸ ਕਰਕੇ ਉਹਨਾਂ ਨੂੰ ਨਕਾਰਨਾ ਸਾਨੂੰ ਚਾਹੀਦਾ। ਤੁਸੀਂ ਆਉਂਦੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਹਾਲਾਤ ਨੇ ਮਾਝੇ ਦੇ? ਤੁਹਾਡੀ ਆਵਾਜ਼ ਥੋੜ੍ਹੀ
ਖਰਾਬ ਆ ਰਹੀ ਆ, ਥੋੜਾ ਕੋਸ਼ਿਸ਼ ਕਰੋ। ਜੀ ਮਿਹਰਬਾਨੀ ਮਿਹਰਬਾਨੀ, ਧੰਨਵਾਦ। ਅਜੇ ਭੁੱਲਰ ਹੋਰੀ ਜੁੜੇ ਨੇ ਅਤੇ ਹਲਕਾ ਖਡੂਰ ਸਾਹਿਬ ਤੋਂ ਬੀਬੀ ਖਾਲੜਾ ਦਾ ਪੱਲਰਾ ਭਾਰੀ ਹੈ, ਇਹ ਮੇਜਰ ਸਿੰਘ ਹੋਰਾਂ ਦਾ ਕਹਿਣਾ। ਅਤੇ ਵਿਕ ਰਿਆੜ ਸਾਹਿਬ ਜੁੜੇ ਨੇ, ਗੁਰਚੇਤ ਸਿੰਘ ਕਮਾਲੂ ਜੁੜੇ ਨੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਵੋਟ ਪਾਉਣਾ ਵੀ ਬਹੁਤ ਵੱਡਾ ਦੋਸ਼ ਹੈ। ਸੋ ਅਕਾਲੀ 3-4 ਸੀਟਾਂ ਦੀ ਜਿੱਤ ਅੱਗੇ ਲਿਖਿਆ ਨਹੀਂ ਕੰਗ ਸਾਹਿਬ ਹੋਰਾਂ ਨੇ। ਰਣਬੀਰ ਸਿੰਘ ਚੱਠਾ ਜੁੜੇ ਨੇ, ਕਹਿੰਦੇ ਜੀ ਇਨਕਲਾਬੀ 70,000 ਤੋਂ ਵੋਟਾਂ ਨਾਲ ਹਰੇਗਾ, ਮਾਨ ਸਾਹਿਬ ਦੀ ਗੱਲ ਕਰਦੇ ਸ਼ਾਇਦ ਭਗਵੰਤ ਹੋਰਾਂ ਦੀ। ਅਤੇ ਜਗਦੇਵ ਸਿੰਘ ਕਮਾਲੂ ਅਤੇ ਸੁਖਪਾਲ ਖਹਿਰੇ ਦਾ ਫੁੱਲ ਮਾਣਤਾਨ ਕੀਤਾ ਹਲਕਾ ਮੌੜ ਦੇ ਲੋਕਾਂ ਨੇ, ਬਿਲਕੁਲ ਇਹ ਵੀ ਖਹਿਰਾ ਸਾਹਿਬ ਦੇ ਪੱਕੇ ਸਪੋਰਟਰ ਲੱਗਦੇ ਨੇ ਬਾਈ ਜੀ। ਖੈਰ ਸਪੋਰਟ ਕਰੋ ਆਪਣੇ ਗਰੁੱਪ ਦੀ, ਪਰ ਦੂਸਰੇ ਦੀ ਥੋੜ੍ਹਾ ਜਿਹਾ ਹੇਠੀ ਕਰਨ ਦੀ ਵੀ ਮੇਰੇ ਖਿਆਲ ਆਪਾਂ ਨੂੰ ਕੋਸ਼ਿਸ਼ ਘੱਟ ਕਰਨੀ ਚਾਹੀਦੀ ਹੈ। ਆਲੋਚਨਾ ਕਰੋ, ਜਲੀਲ ਨਾ ਕਰੋ, ਤੁਸੀਂ ਆਉਣਾ ਰਹੋ ਜੀ। ਹੈਲੋ, ਹੈ ਗੁਰਮੀਤ ਸਿੰਘ ਗਰੇਵਾਲ ਜੁੜੇ ਨੇ ਅਤੇ ਕਹਿੰਦੇ ਜੀ ਮਾਨ ਸਾਹਿਬ ਦਾ ਮੁਸ਼ਕਲ ਹੈ। ਅਤੇ ਅੰਬਰ ਮਾਨਸ਼ਾਹੀਆ ਸਾਹਿਬ ਕਹਿੰਦੇ ਜੀ 23 ਮਈ ਨੂੰ ਪਤਾ ਲੱਗਣਾ ਜੀ ਮੁਸ਼ਕਲ ਤਾਂ ਕੀ ਹੈ। ਅਤੇ ਹਰਜਿੰਦਰ ਸਿੰਘ ਸੋਮਲ ਜੁੜੇ ਨੇ, ਹੈਰੀ ਸਾਹਿਬ ਜੁੜੇ ਨੇ, ਕਹਿੰਦੇ ਜੇ ਭਗਵੰਤ ਹਾਰ ਜਾਵੇ ਤਾਂ ਪੂਰਾ ਸਵਾਦ ਆਜੂ। ਇਹਨਾਂ ਨੇ ਕਹਿੰਦੇ ਪੀੜੀ ਬੇੜਾ ਗਰ ਕੀਤਾ ਪਾਰਟੀ ਦਾ ਮੁੱਖ ਮੰਤਰੀ ਦੇ ਚੱਕਰ 'ਚ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਪਾਰਟੀ 'ਚ ਭਗਵੰਤ ਨੇ ਇਕੱਲੇ ਰਹਿ ਜਾਣਾ। ਸੋ ਇਹ ਲੋਕਾਂ ਦਾ ਰੋਸਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਅੱਛਾ ਉਮੀਦਵਾਰ ਜਿੱਤ ਜਾਵੇ, ਅਗਲਾ ਕਹਿੰਦਾ ਜਿਵੇਂ ਭਗਵੰਤ ਖੁਦ ਕਹਿੰਦਾ ਸੀ ਨਾ ਕਿ ਸਾਡੇ ਤਾਂ ਪੰਜਾਬ 'ਚ ਫਿਤਰ ਤੱਕ ਆਣਗੇ, ਬਸ ਇਸ ਨੂੰ ਇਸ ਵਾਰੀ ਮਸਲਣਾ, ਢੀਂਡਸਾ ਨੂੰ ਜਾਂ ਫਲਾਣੇ ਨੂੰ ਇਸ ਵਾਰੀ ਨਾ ਇਹਦੀ ਹਵਾ ਖਰਾਬ ਹੈ, ਇਹਨੂੰ ਹਰਾਉਣਾ। ਜਿਵੇਂ ਪਟਿਆਲਾ ਹਲਕੇ 'ਚੋਂ ਵੀ ਸ਼੍ਰੀਮਤੀ ਪ੍ਰਨੀਤ ਕੌਰ ਦੇ ਖਿਲਾਫ਼ ਇਹ ਵੇਵ ਹੈ ਕਿ ਯਾਰ ਮਹਿਲ ਵਾਲੇ ਸੁਣਦੇ ਕੋਈ ਨਹੀਂ, ਪਰ ਹੁਣ ਸੁਣਦੇ ਤਾਂ ਮਹਿਲ ਵਾਲੀ ਦੀ ਵੀ ਕੋਈ ਨਹੀਂ ਨਾ, ਉਹ ਕਿੱਧਰ ਜਾਵੇ, ਪ੍ਰਨੀਤ ਕੌਰ ਕਿੱਧਰ ਜਾਵੇ, ਕੰਮ ਨਹੀਂ ਹੋ ਰਿਹਾ। ਸੁਨੀਲ ਜਾਖੜ ਤਾਂ ਕਹਿ ਹੀ ਰਿਹਾ ਸੀ ਪ੍ਰਨੀਤ ਕੌਰ ਨੂੰ, ਆ ਇੱਥੇ ਕਿਸਾਨ ਕਰਜ਼ਾ ਵੰਡ ਸਮਾਗਮ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮਹਾਰਾਣੀ ਸਾਹਿਬ, ਇਹ ਮੇਰਾ ਲਫ਼ਜ਼ ਨਹੀਂ ਹੈ, ਕਿ ਮਹਾਰਾਣੀ ਸਾਹਿਬ ਆਪਾਂ ਮਹਾਰਾਜਾ ਸਾਹਿਬ ਨੂੰ ਕਹੀਏ ਕਿ ਉਹ ਕੈਪਟਨ ਸਾਹਿਬ ਨੂੰ ਕਹੀਏ ਕਿ ਉਹ ਕੁਝ ਸੋਚਣ ਪੰਜਾਬ ਦਾ। ਸੋ ਇਹ ਹਾਲਾਤ ਕਾਂਗਰਸ 'ਚ ਵੀ ਹੈ, ਸੁਣੀ ਤਾਂ ਉਹਨਾਂ ਦੀ ਨਹੀਂ ਜਾਂਦੀ ਅਤੇ ਪਬਲਿਕ ਦੀ ਕੀ ਸੁਣਨੀ ਹੈ ਪ੍ਰਨੀਤ ਕੌਰ ਜੀ ਹੋਰਾਂ ਨੇ। ਤੁਸੀਂ ਆਉਣਾ ਰਹੋ ਜੀ, ਸਾਡੇ ਇੱਕ ਜਰਨਲਿਸਟ ਨੇ, ਉਹਨਾਂ ਨੇ ਖਬਰਾਂ ਲਾਈਆਂ ਰੁਪਾਣਾ ਹੋਰਾਂ ਨੇ, ਅਤੇ ਉਸ ਤੋਂ ਬਾਅਦ ਫਿਰ ਸ਼੍ਰੀਮਤੀ ਪ੍ਰਨੀਤ ਕੌਰ ਹੋਰਾਂ ਨੇ ਫਟਾਫਟ ਮਹਿਲ ਦੇ ਵਿੱਚ ਸੰਗਤ ਦਰਸ਼ਨ ਰੱਖਿਆ। ਸੋ ਇਹ ਚੀਜ਼ਾਂ 'ਤੇ ਪ੍ਰੈਸ਼ਰ ਬਣਦਾ ਫਿਰ। ਤੁਸੀਂ ਆਉਣਾ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਦਿਵਾਨ ਸਰ। ਸਤਿ ਸ਼੍ਰੀ ਅਕਾਲ ਜੀ, ਉਹ ਜੀ ਸਿੰਘ ਬੱਪੀਆਣਾ ਬੋਲ ਰਹੇ ਜੀ। ਬੱਪੀਆਣਾ ਸਾਹਿਬ, ਕਿਸ ਤਰ੍ਹਾਂ ਮਾਲਵੇ ਦੇ ਹਾਲਾਤ? ਮਾਲਵੇ 'ਚ ਚੱਲ ਰਿਹਾ ਜੀ ਗਰਮ ਮਾਹੌਲ ਹੈ ਪੂਰਾ। 3-3 ਲੀਟਰ ਆ ਰਹੇ ਨੇ ਮਗਰ ਮੂਹਰੇ। ਅੱਛਾ, ਹਾਂਜੀ। ਕਿਵੇਂ ਆ ਵੇਵ, ਕਿਵੇਂ ਆ ਖਹਿਰਾ ਸਾਹਿਬ ਹੋਰਾਂ ਦਾ ਇਲਾਕਾ ਪੈਂਦਾ ਤੁਹਾਡੇ ਬੱਪੀਆਣਾ ਮੇਰੇ ਖਿਆਲ ਬਠਿੰਡਾ? ਹਾਂਜੀ ਹਾਂਜੀ। ਅੱਛਾ, ਮਾਰ ਗਏ ਨੇ ਚੱਕਰ ਇੱਧਰ, ਖਹਿਰਾ ਕਰ ਗਏ ਸਾਰੇ ਪਿੰਡ ਕਵਰ? ਹਾਂਜੀ, ਖਹਿਰਾ ਸਾਹਿਬ ਆ ਗਏ ਸੀਗੇ। ਵੜਿੰਗ ਹੋਰਾਂ ਦਾ ਕਿਵੇਂ ਗੇੜਾ ਤੁਹਾਡੇ ਵੱਲ? ਅੱਛਾ, ਬੀਬੀ ਬਾਦਲ ਦੀ ਕੀ ਜ਼ਮੀਨੀ ਹਕੀਕਤ ਹੈ ਬੱਪੀਆਣਾ ਸਾਹਿਬ, ਵਿਰੋਧ ਹੈਗਾ ਜਾਂ ਨਹੀਂ? ਵਿਰੋਧ ਕੋਈ ਨਹੀਂ ਹੈਗਾ ਜੀ ਇੱਧਰ। ਉਹ ਜਿਹੜੀਆਂ ਫਿਰ ਝੰਡੀਆਂ ਝੁੰਡੀਆਂ ਵਾਲੇ ਪੇੜ ਹੀ ਨੇ ਭਾਈ? ਪੇੜ ਹੀ ਨੇ ਜੀ। ਓਕੇ, ਜਿਹੜਾ ਪੱਕਾ ਵੋਟ ਬੈਂਕ ਹੈ ਉਹ ਤਾਂ ਭੁਗਤੂਗਾ ਇਹਨਾਂ ਨੂੰ। ਉਹ ਸਾਇਲੈਂਟ ਵੀ ਹੈ ਮੇਰਾ ਖਿਆਲ, ਉਹ ਸ਼ੋਅ ਨਹੀਂ ਹੋ ਰਿਹਾ ਨਾ ਸਾਇਲੈਂਟ ਹੈ। ਬਾਕੀ ਇਹ ਮੁੱਦਾ ਬੇਅਦਬੀ ਦਾ ਮੁੱਦਾ ਇੱਧਰ ਕਾਹਨੂੰ ਹੈ, ਇਹ ਤਾਂ ਕਾਗਜ਼ਾਂ 'ਚ ਹੀ ਹੈ ਜਾਂ ਫਿਰ ਪੇੜ ਪਰ। ਹਾਂ, ਉਹ ਜਿਹੜਾ ਬਰਗਾੜੀ ਮੋਰਚਾ ਸੀ ਉਹਦਾ ਫੇਲ ਹੋਣਾ, ਅਤੇ ਲੋਕਾਂ ਦਾ ਇਹ ਵੀ ਵਿਸ਼ਵਾਸ ਹੋ ਗਿਆ ਕਿ ਯਾਰ ਇਹ ਵੀ ਕੈਸ਼ ਕਰਦੇ ਨੇ ਲੋਕ, ਉਹਨਾਂ 'ਚ ਵੀ ਕੁਛ ਇੱਦਾਂ ਦੇ ਬੰਦੇ ਵੜ ਗਏ ਨਾ। ਇਹ ਛੋਟੇ ਮੁੱਦਿਆਂ ਨੂੰ ਦੇਖਦੇ ਨੇ ਲੋਕ ਜੀ, ਕੋਈ ਗਲੀਆਂ ਨਾਲੀਆਂ, ਕੋਈ ਰਾਸ਼ਨ ਕਾਰਡ ਵਗੈਰਾ, ਇਸ ਤਰ੍ਹਾਂ ਦੇ ਚੱਲਦੇ ਨੇਗੇ। ਆਮ ਜਿਹੜੇ ਗਰੀਬੀ ਦਾ ਕਹਿਣਾ ਉਹਨਾਂ ਨੂੰ ਇਹਨਾਂ ਗੱਲਾਂ ਤੱਕ ਹੀ ਮਤਲਬ। ਕਿਸਾਨੀ ਮੁੱਦਿਆਂ 'ਤੇ ਕੈਪਟਨ ਸਰਕਾਰ ਨੇ ਕਿੰਨਾ ਕੰਮ ਕੀਤਾ? ਬਿਜਲੀ ਬੁਜਲੀ ਆਈ ਗਈ ਹੈ ਪਿੰਡਾਂ 'ਚ 2 ਸਾਲ 'ਚ? ਇਹ ਬਿਜਲੀ ਵੀ ਘੱਟ ਆਈ ਹੈ ਜੀ, ਘੱਟ ਆਈ ਹੈ ਨਾ, ਘੱਟ ਆਈ ਹੈ। ਹਾਂ, ਲੋਕਾਂ 'ਚ ਹੈਗਾ ਵੀ, ਲੋਕ ਡਰ 'ਚ ਨੇ ਬਿਜਲੀ ਘੱਟ ਆਊਗੀ ਜਦੋਂ ਵੋਟਾਂ ਮੁੱਕ ਗਈਆਂ, ਇਸ ਤੋਂ ਬਾਅਦ ਦੀ ਲੋੜ ਹੈ ਸਾਨੂੰ ਬਿਜਲੀ ਦੀ। ਜੀ, ਤੇ ਇਸੇ ਦੌਰਾਨ ਬਾਰੇ ਕਹਿਣਾ ਚਾਹੁੰਦਾ ਜੀ, ਨੋਟਬੰਦੀ ਨਾਲ ਮੇਰਾ ਛੋਟਾ ਜਿਹਾ ਬਿਜ਼ਨਸ ਹੈ, ਨਾਲੇ ਮੈਂ ਹਿਸਾਬ ਲਾ ਕੇ ਦੇਖਿਆ ਜੀ। ਅੱਛਾ, ਮੇਰਾ 6 ਲੱਖ ਰੁਪਏ ਦਾ ਨੁਕਸਾਨ ਹੋਇਆ 5 ਸਾਲਾਂ 'ਚ ਮੋਦੀ ਸਾਹਿਬ ਦੇ 5 ਸਾਲਾਂ 'ਚ। ਤੁਸੀਂ ਸਮਝਦੇ ਹੋ ਨੋਟਬੰਦੀ ਨਾਲ ਹੋਇਆ? ਨੋਟਬੰਦੀ ਨਾਲ ਹੋਇਆ, GST ਤੇ ਨੋਟਬੰਦੀ ਨਾਲ। ਓਕੇ, ਮਤਲਬ ਜੇ ਤੁਹਾਡੇ ਵਰਗੇ ਛੋਟੇ ਜਿਹੇ ਕਾਰੋਬਾਰੀ ਨੂੰ ਵੀ ਇਹਦਾ ਨੁਕਸਾਨ ਹੋਇਆ, ਤਾਂ ਇਹਦਾ ਮਤਲਬ ਵੱਡਿਆਂ ਨੂੰ ਜ਼ਿਆਦਾ। ਅਤੇ ਗੁਆਂਢੀ ਜਿਹੜਾ ਤੁਹਾਡੇ ਸੰਗਰੂਰ ਹੈ, ਉੱਥੇ ਕੀ ਸਥਿਤੀ ਹੈ? ਸੰਗਰੂਰ ਠੀਕ ਹੈ ਜੀ, ਭਗਵੰਤ ਮਾਨ ਦਾ ਤੇ ਕੇ ਆਪਣੇ ਢਿੱਲੋਂ ਸਾਹਿਬ ਦੇ ਮੁਕਾਬਲਾ ਜੀ। ਅੱਛਾ, ਭਗਵੰਤ ਜਿੱਤ ਰਹੇ ਨੇ ਕਿ ਢਿੱਲੋਂ ਜਿੱਤ ਰਹੇ ਨੇ, ਕੀ ਸਥਿਤੀ ਹੈ? ਭਗਵੰਤ ਜਿੱਤ ਸਕਦੇ।
ਜਿੱਤ ਸਕਦਾ ਹਾਂ ਵੀ ਹੈ ਭਗਵੰਤ ਹੋਰਾਂ ਦਾ ਕਵਰ ਕਰ ਗਏ ਨੇ ਉਸ ਇਲਾਕੇ ਨੂੰ ਕਿਉਂਕਿ ਕਾਂਗਰਸ ਕੋਲ ਕਾਂਗਰਸ ਦੀ ਕਾਰਗੁਜ਼ਾਰੀ ਮੱਠੀ ਹੈ ਕਿਤੇ ਨਾ ਕਿਤੇ ਭਗਵੰਤ ਹੋਰਾਂ ਦਾ ਹੱਥ ਉੱਪਰ ਆ ਸਕਦਾ ਕਾਂਗਰਸ ਨੇ ਜੇ ਕੋਈ ਹੋਰ ਜਿਹੜਾ ਧੋਬੀ ਪਟੜਾ ਨਾ ਮਾਰਿਆ ਸੋ ਮਿਹਰਬਾਨੀ ਬੀਰ ਸਿੰਘ ਬੱਪੀਆਣਾ ਛੋਟੇ ਮੋਟੇ ਕਾਰੋਬਾਰੀ ਨੇ ਮਿਲਕ ਕਲੈਕਸ਼ਨ ਸੈਂਟਰ ਹੈ ਇਹਨਾਂ ਦਾ ਬੜੇ ਮਿਹਨਤੀ ਨੌਜਵਾਨ ਨੇ ਕਈ ਸਾਲਾਂ ਤੋਂ ਜੁੜੇ ਨੇ ਵੱਖ ਵੱਖ ਮਾਧਿਅਮਾਂ ਨਾਲ ਮੇਰੇ ਭਰਾਵਾਂ ਨਾਲ ਤੁਸੀਂ ਔਨਰ ਹੋ ਜੀ ਹੈਲੋ ਹੈਲੋ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਦਵਿੰਦਰ ਸਿੰਘ ਭੁੱਲਰ ਬਲੋਚੀਰਾ ਤੋਂ ਜੀ ਭੁੱਲੋ ਸਾਹਿਬ ਜੀ ਭੁੱਲੋ ਸਾਹਿਬ ਹਾਂਜੀ ਸਰ ਆਪਣੇ ਜਗਣਾ ਰਾਜਾ ਵੜਿੰਗ ਸਾਹਿਬ ਦਾ ਅੱਜ ਆ ਰਹੇ ਆਪਣੇ ਪਿੰਡ ਤੁਸੀਂ ਪੁੱਛ ਰਹੇ ਸੀ ਬਲੋਚੀਰੇ ਤੇ ਕੱਲ੍ਹ ਪਰਸੋਂ ਬੀਬੀ ਬਲਜਿੰਦਰ ਕੌਰ ਹੋ ਗਏ ਉਦੋਂ ਪਹਿਲਾਂ ਬਾਦਲ ਸਾਹਿਬ ਜਿਹੜੇ ਮਰਗ ਹੋਏ ਉੱਧਰ ਆ ਗਏ ਪਰ ਇਹ ਵੋਟਾਂ ਤੋਂ ਬਾਅਦ ਨਹੀਂ ਆਏ ਆਉਂਦੇ ਬਾਅਦ ਹੀ ਕਹਿ ਆਣ ਕੇ ਪੁੱਛਣੇ ਮੁੱਦੇ ਜੀ ਅੱਜ ਆਉਣਾ ਬਾਬਾ ਅਨਾਊਂਸਮੈਂਟ ਤੁਹਾਨੂੰ ਸੁਣ ਜੇ ਕਰੀਨ ਦਾ ਵੀ ਰਾਜਾ ਵੜਿੰਗ ਸਾਹਿਬ ਆ ਰਹੇ ਨੇ ਸਾਢੇ 9 ਵਜੇ ਆਪਣੇ ਪਿੰਡ ਅੱਛਾ ਆਪਣਾ ਬਠਿੰਡਾ ਲੋਕ ਸਭਾ ਹਲਕਾ ਕੀ ਜ਼ਮੀਨੀ ਭੁੱਲਰ ਸਾਹਿਬ ਲੋਕ ਜੀ ਇੱਥੇ ਆਟਾ ਦਾਲ ਜਿਵੇਂ ਗਰੀਬ ਲੋਕ ਨੇ ਜੀ ਉਹ ਇਹੋ ਹੀ ਵੱਡੀਆਂ ਪ੍ਰਾਪਤੀਆਂ ਮੰਨਦੇ ਜੀ ਉਹਨਾਂ ਨੂੰ ਜਿਹੜਾ ਵੱਡਾ ਰੋਜ਼ਗਾਰ ਦਾ ਜਾਂ ਉਹਨਾਂ ਬਾਰੇ ਤਾਂ ਸੋਚਦੇ ਨੀ ਜੀ ਮਾਨਸਿਕਤਾ ਹੀ ਲੋਕਾਂ ਦੀ ਨਵੀਂ ਕਲਰ ਹੁਣ ਬੇਅਦਬੀ ਦਾ ਜਿਹੜਾ ਮੁੱਦਾ ਹੈ ਉਹਨਾਂ ਲੋਕਾਂ ਨੂੰ ਕਹੇ ਆ ਜੀ ਵੀ ਬਸ ਕੋਈ ਪੈਸੇ 200-400 ਦੇ ਦਿੱਤਾ ਕਿਸੇ ਨੇ ਜਾਂ ਆਪਦੇ ਕੰਮ ਇਹ ਜੀ ਸਰ ਧੰਨਵਾਦ ਜੀ ਮਿਹਰਬਾਨੀ ਅਤੇ ਵੜਿੰਗ ਹੋਰਾਂ ਦੀ ਅੱਜ ਪੇਸ਼ੀ ਵੀ ਹੈ ਲੀਗਲ ਕਮੇਟੀ ਅੱਗੇ ਉਹਨਾਂ ਨੂੰ ਪੇਸ਼ ਹੋਣਾ ਪੈ ਰਿਹਾ ਕਿਉਂਕਿ ਚੋਣ ਕਮਿਸ਼ਨ ਦੇ ਨੋਟਿਸ ਨੂੰ ਉਹਨਾਂ ਨੇ ਨਕਾਰਿਆ ਸੀ ਜੋ ਉਹਨਾਂ ਨੇ ਪਿਛਲੇ ਦਿਨ ਕੁਛ ਗਲਤ ਕੰਮ ਕੀਤੇ ਨੇ ਰਾਜਾ ਵੜਿੰਗ ਨੇ ਸੋ ਉਸ ਮਾਮਲੇ 'ਚ ਚੋਣ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਦਿੱਤਾ ਪਰ ਉਹਨਾਂ ਨੇ ਨੋਟਿਸ ਨੂੰ ਇਗਨੋਰ ਕੀਤਾ ਕਿਤੇ ਨਾ ਕਿਤੇ ਸੱਤਾ ਦਾ ਅਸਰ ਜਾਂ ਨੌਜਵਾਨੀ ਦਾ ਗਰਮ ਖੂਨ ਸੋ ਰਾਜਾ ਵੜਿੰਗ ਨੂੰ ਅੱਜ 3 ਮੈਂਬਰੀ ਕਮੇਟੀ ਦੇ ਅੱਗੇ ਵੀ ਚੋਣ ਕਮਿਸ਼ਨ ਦੇ ਅੱਗੇ ਪੇਸ਼ ਹੋਣਾ ਪੈਣਾ ਅਤੇ ਕਿਤੇ ਨਾ ਕਿਤੇ ਗਾਜ ਇੱਧਰੋਂ ਵੀ ਡਿੱਗ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਤੁਹਾਨੂੰ ਪਤਾ ਹੀ ਹੈ ਫਿਰ ਸੈਂਟਰ ਦਾ ਵੀ ਹੈ ਅਤੇ ਰਾਜਾ ਵੜਿੰਗ ਵੀ ਕਈ ਵਾਰੀ ਨਾ ਰਾਜਿਆਂ ਵਾਲੀ ਗੱਲ ਕਰਦਾ ਹੈਂਕੜ ਵਾਲੀ ਗੱਲ ਕਰਦਾ ਸੋ ਜਦੋਂ ਕਾਨੂੰਨੀ ਜ਼ਾਬਤੇ ਦੇ ਜਵਾੜੇ ਹੇਠ ਆਉਂਦੇ ਹੋ ਨਾ ਤੁਸੀਂ ਫਿਰ ਉੱਥੇ ਜੋਸ਼ ਨਹੀਂ ਚੱਲਦਾ ਉੱਥੇ ਹੋਸ਼ ਹੀ ਚੱਲਦੇ ਨੇ ਸੋ ਵੜਿੰਗ ਹੋਰੀ ਕਈ ਵਾਰੀ ਹੋਸ਼ ਤੋਂ ਬਾਹਰ ਰਹਿ ਜਾਂਦੇ ਨੇ ਉਹ ਤਾਂ ਆਪਣੇ ਬੰਦਿਆਂ ਦੇ ਥੱਪੜ ਮਾਰੀ ਜਾਂਦੇ ਨੇ ਗਾਲਾਂ ਕੱਢੀ ਜਾਂਦੇ ਨੇ ਸੋ ਨਵਾਂ ਖੂਨ ਹੈ ਜੀ ਤੁਸੀਂ ਆਉਂਦੇ ਰਹੋ ਜੀ ਹੈਲੋ ਅੰਬਰ ਮਾਨ ਸ਼ਾਹੀ ਹੈ ਹੋਰੀ ਭਗਵੰਤ ਮਾਨ ਦੀ ਸਪੋਰਟ 'ਚ ਖੜ੍ਹੇ ਨੇ ਅਤੇ ਹੈਰੀ ਹੋਰੀ ਖੜ੍ਹੇ ਨੇ ਜੀ ਕਹਿੰਦੇ ਜੀ ਹਰਨਾ ਚਾਹੀਦਾ ਮਾਨ ਸਾਹਿਬ ਅਤੇ ਇਸੇ ਦੌਰਾਨ ਗੁਰਚੇਤ ਸਿੰਘ ਕਮਾਲੂ ਹੋਰੀ ਵੀ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ ਵੀਰ ਸਿੰਘ ਪਰਮਾਰ ਦਾ ਕਮੈਂਟ ਵੀ ਆਇਆ ਬਿੱਟਾ ਦੁਸਾਨ ਜੀ ਵੀ ਆਏ ਨੇ ਜਸਵੰਤ ਸਿੰਘ ਸਿੱਧੂ ਹੋਰਾਂ ਦੀ ਵੀ ਹਾਜ਼ਰੀ ਲੱਗੀ ਹੈ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਲਾਰਾਂ ਤੋਂ ਬੋਲਦਾ ਜੀ ਮੈਂ ਲੁਧਿਆਣੇ ਤੋਂ ਲੁਧਿਆਣੇ ਕੁਲਾਰਾਂ ਤੋਂ ਇਹ ਕਿੱਥੇ ਕੁ ਪੈਂਦੀਆਂ ਕੁਲਾਰਾਂ ਇੱਕ ਤਾਂ ਸੁਨਾਮ ਕੋਲ ਹੈ ਸੁਮਾਣੇ ਕੋਲ ਹੈ ਲੁਧਿਆਣੇ ਜ਼ਿਲ੍ਹੇ ਜੀ ਮੁੱਲਾਪੁਰ ਕੋਲ ਅੱਛਾ ਕੁਲਾਰਾਂ ਹਾਂਜੀ ਕੁਲਾਰ ਪਿੰਡ ਜੀ ਕੁਲਾਰ ਪਿੰਡ ਕੀ ਹਾਲਾਤ ਨੇ ਲੁਧਿਆਣਾ ਸੀਟ ਦੇ ਬੈਂਸ ਹੋਰਾਂ ਦਾ ਜਾਂ ਸਾਡੇ ਦਾ ਜੀ ਬੈਂਸ ਹੀ ਬੱਲੇ ਬੱਲੇ ਕਰਾਈ ਜਾਂਦਾ ਜੀ ਓਕੇ ਤੇ ਫੂਲਕਾ ਸਾਹਿਬ ਦਾ ਵੀ ਹਲਕਾ ਹੈ ਉਹ ਤਾਂ ਸਾਇਲੈਂਟ ਹੀ ਨੇ ਨਾ ਫੂਲਕਾ ਸਾਹਿਬ ਨੇ ਤਾਂ ਜੀ ਅਸਤੀਫਾ ਹੀ ਦੇਤਾ ਸੀਗਾ ਕੰਮ ਹੀ ਨਹੀਂ ਕੀਤਾ ਕੋਈ ਇਲਾਕੇ 'ਚ ਵੀ ਨਹੀਂ ਵਿਚਰਦੇ ਹੁਣ ਉਹ ਨਾ ਜੀ ਨਾ ਨਾ ਫੂਲਕੇ ਨੇ ਇੱਕ ਵਾਰ ਧੰਨਵਾਦ ਕਰਤਾ ਜੀ ਮੁੜ ਕੇ ਤਾਂ ਆਏ ਨਹੀਂ ਓ ਤੇ ਆਪਣਾ ਦੂਸਰਾ ਅਕਾਲੀਆਂ ਦਾ ਕੀ ਹਾਲ ਹੈ ਇੱਥੇ ਅਕਾਲੀਆਂ ਦੀ ਤਾਂ ਜੀ ਸਤਿ ਸ਼੍ਰੀ ਅਕਾਲ ਹੀ ਆ ਸਤਿ ਸ਼੍ਰੀ ਅਕਾਲ ਹੀ ਸਤਿ ਸ਼੍ਰੀ ਅਕਾਲ ਬੁਲਾਤੀ ਪੰਥਕ ਪਾਰਟੀ ਨੂੰ ਤੇ ਕਾਂਗਰਸੀ ਦਾ ਕੀ ਹਾਲਾਤ ਹੈ ਬਿੱਟੂ ਵੀ ਮੁਸ਼ਕਲ ਹੀ ਆ ਬਿੱਟੂ ਦਾ ਕੀ ਹਾਲਾਤ ਨੇ ਮੁਸ਼ਕਲ ਹੀ ਆ ਜੀ ਅੱਛਾ ਮਤਲਬ ਬੈਂਸ ਕੱਢ ਸਕਦੇ ਆ ਸੀਟ ਲੁਧਿਆਣਾ ਬੈਂਸ ਹਾਂਜੀ 90% ਕੱਢ ਸਕਦੇ ਆ ਜੀ ਓ ਥੈਂਕ ਯੂ ਕੁਲਾਰਾਂ ਵਾਲਿਓ ਥੈਂਕ ਯੂ ਬਾਈ ਜੀ ਜੁੜਿਆ ਕਰੋ ਸੋ ਇਹ ਜਿਹੜੇ ਹਲਕੇ 'ਚ ਲੋਕ ਨੇ ਜਿਹੜੀ ਆਪਣੀ ਆਪਣੀ ਰਿਪੋਰਟ ਹੈ ਜਿਹੜੀ ਸੱਥਾਂ ਤੋਂ ਆਉਂਦੀ ਹੈ ਤੁਸੀਂ ਆਉਣਾ ਰਹੋ ਜੀ ਸੋ ਟਰੈਂਡ ਜਿਹੜੇ ਨੇ ਸਿਆਸਤ ਦੇ ਬਹੁਤ ਚੇਂਜ ਹੋਏ ਨੇ ਇਹ ਗੱਲ ਨਹੀਂ ਕਿ ਲੋਕਾਂ ਨੂੰ ਮੁੱਦਿਆਂ ਦਾ ਪਤਾ ਨਹੀਂ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀ ਪਿਛਲੇ ਕਾਲਰ ਗਏ ਕਿ ਕਹਿੰਦੇ ਵੱਡਾ ਮੁੱਦਾ ਸੀਗਾ ਉਹ ਮੁੱਦਾ ਮਨਫੀ ਹੋ ਗਿਆ ਵਾਤਾਵਰਨ ਦਾ ਮੁੱਦਾ ਮਨਫੀ ਹੋ ਗਿਆ ਉਪਕਾਰ ਸਿੰਘ ਹੋਰ ਨੇ ਪਿੰਡ ਦੇਸਰਾਜ ਤੋਂ ਉਹਨਾਂ ਨੇ ਇਹ ਮੁੱਦਾ ਉਠਾਇਆ ਫਾਰਮਰ ਨੇ ਰਿਟਾਇਰਡ ਨੇ ਰੇਲਵੇ 'ਚੋਂ ਸੋ ਉਹ ਜਿਹੜੇ ਲੋਕ ਨੇ ਆਮ ਲੋਕ ਵੀ ਆ ਰਹੇ ਨੇ ਦੇਖੋ ਜਿਹੜਾ ਕਈ ਕਹਿੰਦੇ ਨੇ ਜੀ 5 ਵੋਟਾਂ ਪੈਣਗੀਆਂ ਜਿਹੜੇ ਆਮ ਲੋਕ ਇਲੈਕਸ਼ਨ 'ਚ ਖੜ੍ਹਦੇ ਨੇ ਹਰ ਲੜਾਈ ਜਿੱਤਣ ਲਈ ਨਹੀਂ ਲੜੀ ਜਾਂਦੀ ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫਕੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਅਤੇ ਹਾਰਨ ਦਾ ਮੁੱਲ ਹੀਰਾ ਸੋ ਜਿਸ ਤਰ੍ਹਾਂ ਉਪਕਾਰ ਸਿੰਘ ਨੇ ਆਮ ਵਧੀਆ ਇਨਸਾਨ ਨੇ NRI ਫੈਮਿਲੀ 'ਚੋਂ ਨੇ ਸੋ ਉਹ ਜਿਹੜੇ ਲੋਕ ਜਿੱਤਣ ਦੇ ਲਈ ਨਹੀਂ ਖੜ੍ਹਦੇ ਅਤੇ ਕਿਤੇ ਨਾ ਕਿਤੇ ਜਗਾਉਣ ਵਾਸਤੇ ਖੜ੍ਹਦੇ ਨੇ ਉਹ ਵੀ ਇੱਕ ਕਾਰਨ ਹੈ ਜੇ ਇੱਦਾਂ ਆਮ ਆਦਮੀ ਪਾਰਟੀ ਆਈ ਸੀ ਇਹਨੇ ਦੂਜੀਆਂ ਪਾਰਟੀਆਂ ਦੀ ਗੁੰਡਾਗਰਦੀ ਨੂੰ ਘਟਾਇਆ ਵੀ ਹੈ
एक परिवार एक उम्मीदवार कांग्रेस ने लागू करता सी, ये शायद आम आदमी पार्टी का हासिल है, उन्होंने प्राप्ति है। सो जे इदा के लोग आते हैं तो सुधार लोकतंत्र आएगा। तो दूसरा एन आर आई वर्ग में भी अपील है कि जिनी शिद्दत नाल तुसी जुड़ते हो, कोशिश करो कि अपन वोटा बनाईया जान। जिन्हें यूथ आ रहा, स्टूडेंट आ रहे हैं, अपन वोटा फार्म 6A अधीन एन आर आई वोटा बनाईया जान। तो कोशिश की जाए कि 2022 तक जिस तरह तुहाडा लगा है, मैं दावे नाल कह सकदा कि एन आर आई पंजाब दे विच पसंदी दी सरकार बना सकते हैं। जिन्हें इन्होंने 25-30 लाख वोटा ने उदों तो 50-40 भी हो जाएगियाँ, जिवें 2 करोड़ 8 लाख 7.5 लाख वोटर है पंजाब का। सो इस करके एन आर आई वोटा बनाउण वाले पासे भी सानू सोचना चाहिए। नोट ना दिओ, अपनी वोट बनाओ तां सिस्टम सुधरेगा, ये गल का मैं पूर यकीन है। सो अगले हफ्ते फिर मिलन के वादे नाल मैं तुहाडा दोस्त परमिंदर सिंह टिवाणा आप सब सज्जना तो इत आ जावगा। धन्यवाद, सत श्रीकाल। मनोरंजन भरपूर जानकारी लिए साडे चैनल पंजाबी दे ऑफिशियल यूट्यूब चैनल नू सबसक्राइब करो, अते नाल ही सब तो पहला वीडियो देखने लिए बैल आइकॉन वाले बटन ते क्लिक करो।